दीप ने हरेक दे दिल दे विच घर कर लिया सी, चाहे विरोधी भी सन उन्हां नूं भी पता सी वी बंदा सही गल कर रहा। हुण इह जिहड़ा वर्तारा वरत्या उस दिन एक्सीडेंट जो दिखाया गया थ्योरी जिहड़ी है, तुसीं इहदे बारे की कहना है जां तुसीं की सोचदे? उहदी सट तां साडे लई असह आ। मैं ये सोचता भी सानू उस चीज़ के उत्ते ज़्यादा एनर्जी वेस्ट करने की बजाय सानू ये समझना चाहिए वा भी सिख संगत ने ज पंजाब के लोगों ने की फतवा दिता। दीप नू एक्सैप्ट कर लिया भी वह सिख कौम का हीरा हैगा ते वह साढ़े तो खोया गया वा, तो फिर इनकुआरियां दे विच जिहड़ा जाण दी बजाए अहीं वो जिहड़ी दीप की सोच वा उहदे वल्ले ज़्यादा कंसनट्रेट जिहड़ा वा उह सानूं करना चाहीदा वा। जिद्दां दीप सारियां जथेबंदियां तों उच्चा उठ के एक पंथ नूं इकट्ठा करन वल्ले तुरिया ही, भावें उहनूं किसे ने किन्नियां वी गालां कढ़ियां किन्ना वी माड़ा गया, उहने कहा मैं सारे गुस्से गिलवे भुला ते मैं सारिया नूं इकट्ठा करना। असल लीडर की निशानी ये हुंदी आ, कल्ला ये नहीं भी वो नारे लाया भी है वो अहीं तेरी सोच ते पहरा रहांगे, वो जिहड़ा कार्ज तुहानूं दे गया वा उहनूं गांह किद्दां तोरना, उहनूं गांह तां ही तोरांगे जे जोश दे नाल होश नूं भी कायम रखांगे। जे किसे ने पिछले समें च दीप दे जिउंदियां गलतियां कर भी लईआं वह अज साढ़े नाल आउंदा ते उहनूं भी नाल लिआउणा जिहड़ा उह साडा फर्ज है, इहो ही दीप नूं असली श्रद्धांजलि हो। जिहड़ा उन्होंने पिछले दिनों दे विच डट के जिहड़ा स्टैंड है सरदार सिमरजीत सिंह मान साहब उन्हां दा पंजाब दे विच दित्ता, जे ते ओह वोटां च किसे दी हमायत ना करदा ते शायद दीप साडे जज हुंदा, असीं इदां भी कह सकदे क्योंकि वी जिहड़ी ओह झाड़ू वाली ते श्री साहब वाली जिहड़ी ओह शस्त्र दी शमीर उन्हें शमशीर हाथ से फड़ के जदों ओह स्टेज ते जिहड़े बोल उन्हें कहे ने ਉਹ ਅੱਜ ਵੀ ਕੰਨਾਂ ਦੇ ਵਿੱਚ ਗੂੰਜਦੇ ਨੇ। ਲੋ ਆ ਤੁਸੀਂ ਮੈਨੂੰ ਆਪਦੇ ਦਿਲ ਤੋਂ ਪੁੱਛ ਲਓ, ਮੈਨੂੰ ਜਵਾਬ ਦੇਣ ਦੀ ਲੋੜ ਵੀ ਨਹੀਂ ਆ ਵੀ ਕਿਹੜੀ ਚੀਜ਼ ਸਾਡੀ ਆ। ਇਹ ਜਿਹੜੇ ਪੋਲੀਟੀਕਲ ਪਾਰਟੀਆਂ ਵਾ ਇਹਨਾਂ ਦੀ ਇਹਨਾਂ ਦੇ ਲਈ ਸਿੱਖ ਵੋਟ ਦੀ ਕੋਈ ਵੈਲਿਊ ਨਹੀਂ ਰਹਿ ਗਈ ਕਿਉਂਕਿ ਸਿੱਖ ਵੋਟ ਦਾ ਆਪ ਦਾ ਕੋਈ ਜਿਹੜਾ ਪੰਥਕ ਬੇਸ ਨਹੀਂ ਰਿਹਾ ਜਦੋਂ ਦਾ ਅਕਾਲੀ ਦਲ ਜਿਹੜਾ ਵਾ ਪੰਥਕ ਮੁੱਦਿਆਂ ਤੋਂ ਪਾਸੇ ਹਟ ਗਿਆ। ਦੀਪ ਦੀ ਇਹ ਇੱਛਾ ਸੀ ਵੀ ਮੈਂ ਸਿੱਖ ਵੋਟ ਦੀ ਤਾਕਤ ਜਿਹੜੀ ਆ ਉਹ ਵਿਖਾਉਣੀ ਆ, ਅਤੇ ਉਹ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਕਿਉਂ ਨਾ ਅਸੀਂ ਸਿੱਖ ਕੌਮ ਦੀ ਜਿਹੜੀ ਵੋਟ ਵਾ ਉਹ ਉਹਨੂੰ ਉੱਥੇ ਇਕੱਠੀ ਕਰਕੇ ਵਿਖਾਈਏ। ਅਤੇ ਐਰਕੀ ਇਹ ਆ ਵੀ ਜੇ ਮਾਨ ਸਾਹਿਬ ਉੱਥੋਂ ਜਿੱਤ ਜਾਂਦੇ ਆ ਅਤੇ ਉਹੋ ਹੀ ਬਾਕੀ ਦੇ ਕੈਂਡੀਡੇਟਾਂ ਦੀ ਗਿਣਤੀ ਲਿਜਾ ਕੇ ਕੋਈ 5-10 ਲੱਖ ਦੇ ਲਾਗੇ ਪਹੁੰਚ ਜਾਂਦੀ ਆ, ਅਤੇ ਇਹ ਇੱਕ ਦੀਪ ਦਾ ਜਿਹੜਾ ਵਾ ਉਹ ਸੋਚ ਦਾ ਨਤੀਜਾ ਵਾ ਉਹ ਫਤਵਾ ਵਾ ਵੀ ਭਾਈ ਸਿੱਖ ਕੌਮ ਆਪਦੀ ਵੋਟ ਇਕੱਠੀ ਕਰਕੇ ਤੁਹਾਨੂੰ ਸਬਕ ਸਿਖਾ ਸਕਦੀ ਆ। ਖਰੜਾ ਸਾਹਿਬ ਤੁਹਾਨੂੰ ਲੱਗਦਾ ਵੀ ਹੁਣ ਦੀਪ ਤੋਂ ਬਾਅਦ ਕਿਹੜਾ ਚਿਹਰਾ ਤੁਸੀਂ ਦੇਖਦੇ? ਇੱਕ ਨੌਜਵਾਨੀ ਦੀ ਤਾਂ ਜ਼ਰੂਰਤ ਹੈ ਕਿ ਇਹ ਬਹਿਣ ਜਿੱਦਾਂ ਹੁਣ ਬਹਿਣ ਬਹਿ ਤੁਰਿਆ ਜੇ ਇਸ ਪਾਸੇ ਨੂੰ ਤੁਰਿਆ ਅਤੇ ਇਸ ਟਾਈਮ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ, ਕਿਹਨੂੰ ਦੇਖਦੇ ਹੋ ਤੁਸੀਂ ਵੀ ਜਿਹੜਾ ਇਸ ਟਾਈਮ ਗਾਈਡ ਕਰ ਸਕਦਾ? ਮੈਨੂੰ ਪਤਾ ਦੀਪ ਵਾਲੀ ਗੱਲ ਤਾਂ ਨਹੀਂ ਬਣਦੀ ਕਿਉਂਕਿ ਜੇ ਜਿਹੜੀ ਗੱਲ ਉਹਦੇ ਕੋਲ ਸੀ ਸ਼ਾਇਦ ਕੋਈ ਕਿਸੇ ਨੂੰ ਦੇਖਦੇ ਹੋ ਤੁਸੀਂ? ਕਿਸੇ ਦੇ ਉੱਤੇ ਉਂਗਲ ਨਹੀਂ ਰੱਖ ਸਕਦੇ ਹੁੰਦੇ ਇਹਨਾਂ ਲਹਿਰਾਂ ਦੇ ਵਿੱਚ, ਨਾ ਹੀ ਜਿਹੜੇ ਲੀਡਰ ਵਾ ਉਹ ਬਣਾਇਆ ਬਣਦੇ ਹੁੰਦੇ ਆ, ਇਹ ਲਹਿਰਾਂ ਦੇ ਵਿੱਚੋਂ ਨਿਕਲਦੇ ਹੁੰਦੇ ਆ। ਇਹ ਦੀਪ ਨਿਕਲਿਆ, ਇਹ ਜਿੱਦਾਂ ਦੀਪ ਨਿਕਲਿਆ ਹੁਣ ਦੀਪ ਨੂੰ ਕਿਸੇ ਨੇ ਬਣਾਇਆ ਨਹੀਂ, ਕਿ ਇੱਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਵਾ ਉਹ ਕਿਤੇ 10-20 ਸਾਲੀ ਕੋਈ ਨਿਕਲਦੀ ਹੁੰਦੀ ਆ। ਜੇ ਦੀਪ ਸਿੱਧੂ ਨੂੰ ਆਈਡੀਅਲ ਮੰਨਦੇ ਵੀ ਨੇ ਐਂਡ ਕਿਸੇ ਹੱਦ ਤੱਕ ਉਹਨਾਂ ਦਾ ਇਜਾਜ਼ ਵੀ ਹੈ, ਪਰ ਪੰਜਾਬ ਦੀ ਨੌਜਵਾਨੀ ਨੂੰ ਕੀ ਕਰੇ? ਅੱਜ ਜ਼ਮਾਨਾ ਜਿਹੜਾ ਵਾ ਫਿਜ਼ੀਕਲੀ ਲੜਾਈ ਤੋਂ ਦਿਮਾਗੀ ਲੜਾਈ ਦਾ ਵਾ, ਅਤੇ ਉਹਦੇ ਵਿੱਚ ਦਿਮਾਗੀ ਲੜਾਈ ਦੇ ਵਿੱਚ ਜਿੱਥੇ ਜੋਸ਼ ਸਾਡਾ ਹੋਣਾ ਜ਼ਰੂਰੀ ਆ ਉੱਥੇ ਹੋਸ਼ ਹੋਣੀ ਬਹੁਤ ਜ਼ਰੂਰੀ ਆ। ਤੁਸੀਂ ਦੀਪ ਨੂੰ ਵੇਖੋ ਵੀ ਉਹਦੇ ਵਿੱਚ ਇਹ ਕੁਦਰਤੀ ਸਾਰੀਆਂ ਗੱਲਾਂ ਸੀ। ਕਿਹੜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਸਵੇਰ ਨੂੰ ਵੋਟ ਪਾਉਣੀ ਹੈ, ਤੁਸੀਂ ਕਿਹੜੀ ਚੀਜ਼ ਦਾ ਖਿਆਲ ਰੱਖਿਆ ਜਾਵੇ ਲਾਸਟ ਵਾਰ? ਵੀ ਇਸ ਸਮੇਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਵਾ ਸਾਡੇ ਲਈ ਸਾਰੀਆਂ ਇੱਕੋ ਜਿਹੀਆਂ ਹੀ ਆ, ਹੈ ਨਾ? ਉਹ ਕੋਈ ਵੀ ਜਿਹੜਾ ਵਾ ਉਹ ਪੰਜਾਬ ਦੇ ਹਿੱਤਾਂ ਦੇ ਲਈ ਨਹੀਂ, ਅਤੇ ਉਹਨਾਂ ਨੂੰ ਸਾਨੂੰ ਵਿਖਾਉਣਾ ਪਊ ਜੋ ਦੀਪ ਕਹਿ ਗਿਆ ਹੈ। ਅਤੇ ਜੇ ਦੀਪ ਆਪਣੇ ਕਹਿ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾਉਣੀ ਆ, ਅਤੇ ਕੱਲ੍ਹ ਵੀ ਅਸੀਂ ਉਸੇ ਚੀਜ਼ ਦੇ ਉੱਤੇ ਪਹਿਰਾ ਦੇ ਕੇ ਜਿੰਨੀ ਵੱਧ ਰੇਸ਼ੋ ਅਸੀਂ ਉਸ ਪਾਰਟੀ ਦੇ ਵਿੱਚ ਵੋਟ ਦੀ ਵਧਾਵਾਂਗੇ ਓਨਾ ਹੀ ਜਿਹੜਾ ਸਾਡਾ ਸਿਆਸੀ ਪ੍ਰਭਾਵ ਇਹਨਾਂ ਪਾਰਟੀਆਂ ਦੇ ਉੱਤੇ
ज्यादा बदूगा भावे झाड़ू आले होन भावे पंजे आले होन ते भावे कमल के फुल आले ते भावे तकड़ी आले ये सारे आप दे विच रल के पंजाब दे लोकां नूं मूर्ख बना के गेम खेडण डए आ क्योंकि साडे कोल कोई पंथक स्टेज है नहीं साडे कोल कोई चॉइस है नहीं लोकां ने वोटां किसे ना किसे पासे पाउणियां उन्हां ने यह सिस्टम रचिया वा भी जे एक धिर बदनाम होगी तो दूजी नवी भी आपदी खड़ी कर दो इस रूप दे विच झाड़ू वाले भी आए आ। वाहिगुरु जी का खालसा वाहिगुरु जी की फतेह। गलबात कर रहे सी जो पिछले दिनों दे विच साडा वीर संदीप सिंह उर्फ दीप सिद्धू अचानक दुनिया तो चले जाना ये गल अज जिहड़े साडे मुख मेहमान ने उन्हां नाल तां करनी बनदी है क्योंकि जे आपां गल करदे दीप सिद्धू दी सिस्टम दे अगेंस्ट गल कीती है पंजाब दी नौजवानी नूं खास करके जो साडी वैल्यू आ जो साडी ड्यूटी है चोणां दा जिहड़ा इस टाइम उत्थे माहौल है पंजाब दे विच 2022 दे इलैक्शन ने पर जिहड़ी दीप सिद्धू ने किसानी संघर्ष तों लै के हुण तक खास करके पिछले 2-3 हफ्तिआं दे विच जिहड़ी पंजाब दी नौजवानी नूं हलूणा दित्ता उहनें बहुत लंबे समें बाद ये देखण नूं मिलदा इदां दा एक नौजवान चेहरा कि जिहदी दुश्मन भी उपरों तो कहिंदे ने अंदरों ओह उहदी सलाहां करदे सन बई ये बंदा गल सही करदा पर अज जिहड़े साडे मुख मेहमान ने ते जे आपां गल करदे आ ह्यूमन राइट दी मनुखी अधिकारां दी ते इक पर इक शख्स का नाम आउंदा भाई जसवंत सिंह खालड़ा साहब तो जिन्हां ने अपने दो दोस्त लभण लई जदों तुरे उह घरों तो लगभग 2 ज़िलों चों 25,000 तो वध लवारस लाशां जिहड़ियां उह फाइलां उन्होंने डाकूमेंट इकट्ठे कर लए बहुत समा ना मैं बतीत करा भाई साहब भाई अमनजीत सिंह खालड़ा साहब वीर ने जसवंत सिंह खालड़ा साहब दे ते भाई साहब जी वाहिगुरू जी का खालसा। हाँ जी वाहिगुरू जी का खालसा वाहिगुरू जी की फतेह। जीता सिंह जी खालड़ा साहब गल हर अख नम हर बंदा इस अंदरों पता है मैं थोड़े को जानना चाहना भी दीप सिद्धू का अचानक जदों इस तरह दुनिया तो जाता है तुसीं इहनूं कहिंदे देखदे हो? मैं इस चीज़ को समझदा भी दीप सिद्धू जो कि समय दे विच एक वरतारा सीगा जिद्दां ना भी जिद्दां वो कहिंदा हुंदा है भी परमात्मा दी महाराज दी कला वापरदी है वो भी इस उस कला का हिस्सा ही भी थोड़े जे समय दे विच इस आना लोकां दे मना दे उत्ते छाउणा ते फिर किड्डी वड्डी उहदी विरोधता होनी ते उहनां सारियां गल्लां चों निकल के भी लोकां दे दिलां दे विच एड्डी छेती घर घर जाणा जिहड़ा ना ये भी एक वो परमात्मा दी वो भाणा सी वो कला सी भी उहने एड्डी वड्डी पद्धर दे उत्ते लोकां नूं उठा के खास करके नौजवान पीढ़ी नूं क्योंकि आपां पहलों भी गल कर चुके हाँ भी किसानी संघर्ष तो पहलों अही हुण बहुत लंबे समय तो इन चीज़ां दे विच गुजरे हाँ ये अजोके समय दे विच साडी भी ये आस जी एक लथ गई सी भी अज कल दी नौजवान पीढ़ी नूं ये सिक्खी वाले पासे मोड़ना जां उन्हां दे नाल हो रहियां बधीकियां दे बारे जाणू कराउणा एक बड़ा औखा काम हो गया सी क्योंकि पिछले काफ़ी लंबे समय तो कॉलेजां यूनिवर्सिटियां दे विच जिहड़ा पोलिटिकल स्ट्रक्चर सरकारां वल्लों खत्म कर दिता गया सी ते धार्मिक तौर ते भी जिहड़े नौजवान वा उह साडे बहुत दूर साडे समाज तो धर्म तो कल्चर तो जा चुके सीगे पर उहनां नूं मोड़ना जिहड़ा सानूं भी बहुत औखा लगदा सीगा पर इह दीप सिद्धू दे आउण नाल ते किसान मोर्चे दे शुरू होण दे नाल जिहड़ी उहदी दीप सिद्धू दी कन्विंसिंग पावर सीगी ना
ਉਹਨੇ ਬਹੁਤ ਵੱਡਾ ਰੋਲ ਅਦਾ ਕੀਤਾ। ਇੱਕ ਤਾਂ ਚੀਜ਼ ਇਹ ਹੁੰਦੀ ਆ ਵੀ ਜਦੋਂ ਬੰਦੇ ਦਾ ਕਿਸੇ ਦਾ ਐਡੀ ਵੱਡੀ ਪੱਧਰ 'ਤੇ ਵਿਰੋਧ ਹੁੰਦਾ ਅਤੇ ਉਹ ਬੰਦਾ ਘਬਰਾ ਕੇ ਡਰ ਕੇ ਜਿਹੜਾ ਵਾ ਉਹ ਚੁੱਪ ਕਰ ਜਾਂਦਾ ਜਾਂ ਘਰ ਬਹਿ ਜਾਂਦਾ। ਪਰ ਜਿਉਂ ਜਿਉਂ ਦੀਪ ਦਾ ਵਿਰੋਧ ਹੁੰਦਾ ਗਿਆ ਦੀਪ ਹੋਰ ਨਿਖਰਦਾ ਗਿਆ, ਉਹ ਵਾਕਿਆ ਹੀ ਇੱਕ ਦੀਪ ਬਣਦਾ ਗਿਆ। ਅਤੇ ਉਹ ਜਿਹੜਾ ਉਹਦਾ ਰੋਲ ਆ ਉਹ ਇਤਿਹਾਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਚਿਰ ਰਹੂਗਾ, ਕਿਉਂਕਿ ਅਸੀਂ ਵੀ ਉਹਨੂੰ ਪਹਿਲਾਂ ਨਹੀਂ ਹਾਂ ਜਾਣਦੇ, ਫਿਲਮਾਂ ਵੀ ਘੱਟ ਹੀ ਦੇਖੀ ਦੀਆਂ ਵਾ। ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਵੀ ਉਹਦੀ ਜੋਰਾ ਫਿਲਮ ਆਈ ਆ ਜਾਂ ਕੁਝ। ਅਤੇ ਪਹਿਲੀ ਵਾਰ ਮੇਰੇ ਖਿਆਲ ਆ ਉਹਦੀ ਪਬਲਿਕ ਅਪੀਅਰੈਂਸ ਵੀ ਜਿਹੜੀ ਹੋਈ ਨਾ ਬਾਹਰ ਲੋਕਾਂ ਦੇ ਵਿੱਚ ਆਣ ਕੇ ਸਟੇਜ 'ਤੇ ਬੋਲਣ ਦੀ ਜਿਹੜੀ ਮੈਂ ਵੇਖੀ, ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ ਦੇ ਉੱਤੇ ਕਬੀਰ ਪਾਰਕ ਜਦੋਂ 6 ਸਤੰਬਰ ਨੂੰ ਪ੍ਰੋਗਰਾਮ ਹੁੰਦਾ, ਉਹ ਉਦੋਂ ਉੱਥੇ ਜਾਣੀ ਕਿ ਆਣ ਕੇ ਅਤੇ ਉਦੋਂ ਬੋਲਿਆ ਸੀਗਾ। ਉਹ ਤੋਂ ਪਹਿਲਾਂ ਉਹਦੀਆਂ ਜਿਹੜੀਆਂ ਲਾਈਵ ਵੀਡੀਓ ਇਕੱਲੇ ਦੀਆਂ ਹੈਗੀਆਂ ਸੀ ਵੀ ਉਹ ਲੋਕਾਂ ਦੇ ਨਾਲ ਸੰਬੋਧਨ ਹੁੰਦਾ ਰਿਹਾ ਸੀ, ਪਰ ਪਬਲਿਕ ਦੇ ਵਿੱਚ ਅਤੇ ਹਿਊਮਨ ਰਾਈਟਸ ਬਾਰੇ ਅਤੇ ਸਿੱਖੀ ਬਾਰੇ ਸ਼ਾਇਦ ਉਹਦਾ ਪਹਿਲਾ ਉਹ ਪ੍ਰੋਗਰਾਮ ਸੀਗਾ। ਉਸ ਤੋਂ ਬਾਅਦ ਜਾਣੀ ਕਿ ਉਹ ਰਾਈਜ਼ ਕਰਦਾ ਗਿਆ ਲੋਕਾਂ ਦੇ ਮਨ, ਅਤੇ ਇਹ ਜਿਹੜੀ ਇੱਕ ਅਚਨਚੇਤ ਇਹ ਘਟਨਾ ਵਾਪਰੀ ਆ, ਇਹਦੇ ਨਾਲ ਮੈਂ ਸਮਝਦਾ ਵਾਂ ਵੀ ਇੱਕ ਉਹ ਲੈਗਸੀ ਤਾਂ ਬਹੁਤ ਵੱਡੀ ਛੱਡ ਗਿਆ ਨੌਜਵਾਨਾਂ ਦੇ ਮਨਾਂ ਦੇ ਵਿੱਚ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਸ ਚੀਜ਼ ਨੂੰ ਸਾਂਭਣਾ ਜਿਹੜਾ ਵਾ ਉਹ ਹਾਲ ਦੀ ਘੜੀ ਔਖਾ ਦਿਸਣ ਡਿਆ ਵਾ। ਉਹ ਇੱਕ ਬਹੁਤ ਵੱਡਾ ਘਾਟਾ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਸਿੱਖਾਂ ਨੂੰ ਜਿਹੜਾ ਵਾ ਉਸ ਚੀਜ਼ ਦਾ ਪਿਆ ਵਾ, ਕਿਉਂਕਿ ਉਹਨੇ ਪਹਿਲੋਂ ਸੰਤ ਜਰਨੈਲ ਸਿੰਘ ਤੋਂ ਬਾਅਦ, ਉਸ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਤੋਂ ਬਾਅਦ, ਮੈਂ ਜੋ ਸਮਝਦਾ ਹਾਂ ਵੀ ਮੇਰੇ ਮਨ ਨੂੰ ਜਿੰਨੇ ਕਨਵਿੰਸ ਕਰਾਇਆ 25 ਸਾਲਾਂ ਬਾਅਦ, ਹਾਲਾਂਕਿ ਮੈਂ ਉਹਨੂੰ ਮਿਲਿਆ ਨਹੀਂ ਪਰ ਮੈਨੂੰ ਇੱਕ ਆਸ ਬੱਝੀ ਸੀਗੀ ਵੀ ਉਹ ਜਿਹੜੀ ਚੀਜ਼ ਵਾ ਉਹ ਇਹ ਫੇਰ ਲੈ ਕੇ ਅਤੇ ਗਾਂਹ ਤੁਰੂਗਾ। ਖਾਲੜਾ ਸਾਹਿਬ, ਜਿਹੜੀ ਗੱਲ ਜੇ ਗੱਲ ਕਰੀਏ, ਆਪਾਂ ਨੂੰ ਪਤਾ ਬਹੁਤ ਬੰਦਿਆਂ ਦਾ ਇਹੀ ਆ ਵਰਲਡ ਵਾਈਡ ਰਿਹਾ ਵੀ 3 ਕਾਲੇ ਕਾਨੂੰਨ ਨੇ ਇਹ ਜਿਹੜੇ ਵਾਪਸ ਕਰਾਉਣੇ ਨੇ, ਜਿਹੜਾ ਕਿਸਾਨ ਜਥੇਬੰਦੀਆਂ ਵੀ, ਅਤੇ ਦੀਪ ਦਾ ਅਚਨਚੇਤ ਉਹਦੇ ਵਿੱਚ ਇੱਕ ਗੱਲ ਫੜਨਾ ਫਸਲਾਂ ਅਤੇ ਨਸਲਾਂ ਦੀ, ਅਤੇ ਸਾਡੀ ਹੋਂਦ ਦੀ ਲੜਾਈ ਹੈ। ਤੁਹਾਨੂੰ ਯਾਦ ਹੋਣਾ ਵੀ ਜੇ ਕਲਾਕਾਰ ਵੀ ਮਾਝੇ ਦੇ ਵਿੱਚ ਉਹ ਇੱਕ ਬਹੁਤ ਵੱਡਾ ਪ੍ਰੋਟੈਸਟ ਰੱਖਦੇ ਨੇ, ਇੱਕ ਸਟੇਜ 'ਤੇ ਰੱਖਦੇ ਨੇ, ਅਤੇ ਦੀਪ ਨੇ ਜਦੋਂ ਉੱਥੇ ਵੀ ਸੰਤਾਂ ਬਾਰੇ ਗੱਲ ਕੀਤੀ, ਸ਼ਾਇਦ ਤੁਹਾਨੂੰ ਯਾਦ ਹੋਣਾ, ਅਤੇ ਉਸ ਵੇਲੇ ਵੀ ਉਹਦਾ ਵਿਰੋਧ ਹੋਇਆ। ਈਵਨ ਕਲਾਕਾਰ ਭਾਈਚਾਰਾ ਵੀ ਉਹਨੂੰ, ਹਰ ਬੰਦਾ ਚਾਹੁੰਦਾ ਵੀ ਮੈਨੂੰ ਕੁਛ ਨਾ ਕੁਛ ਪ੍ਰਾਇਓਰਟੀ ਮਿਲੇ, ਮੇਰਾ ਨਾਂ ਚਮਕੇ, ਕਿਉਂਕਿ ਜੇ ਆਪਾਂ ਕਿਸਾਨ ਲੀਡਰਾਂ ਦੀ ਦੇਖਦੇ ਉਹਨਾਂ ਵਿੱਚ ਵੀ ਇਹ ਭੁੱਖ ਸੀ, ਜੇ ਸਮਾਜ ਸੇਵੀ ਦੇਖਦੇ ਉਹਨਾਂ 'ਚ ਵੀ ਇਹ ਭੁੱਖ ਸੀ। ਆਪਾਂ ਦੇਖਿਆ, ਆਪਾਂ ਨਾਂ ਨਾ ਲਈਏ, ਕਲਾਕਾਰਾਂ ਨੇ ਵੀ ਇਸ ਇਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ, ਆਪਣਾ ਲਾਹਾ ਲੈਣ ਦੀ ਗੱਲ ਕੀਤੀ। ਦੀਪ ਸਿੱਧੂ ਇੱਕ ਐਸਾ ਸ਼ਖਸ ਸੀਗਾ ਜਿਹਦੀ ਵਿਰੋਧਤਾ ਰੱਜ ਕੇ ਹੋਈ, ਪਰ ਜਿਵੇਂ ਜਿਵੇਂ ਉਹਦੀ ਵਿਰੋਧਤਾ ਹੁੰਦੀ ਰਹੀ ਉਹਨੇ ਆਪਣੇ ਆਪ ਨੂੰ ਉੱਚੋ ਤਰਾਸ਼ਿਆ, ਉਹਨੇ ਚੜ੍ਹਾਈ ਕੀਤੀ। ਪਰ ਮੈਂ ਇੱਕ ਗੱਲ ਜਿਹੜੀ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਹੜਾ ਤੁਹਾਡਾ ਐਨਾਲਾਈਜ਼ ਤੁਸੀਂ ਕੀਤਾ ਕਿ ਉਹ ਸੰਪੂਰਨ, ਜੇ ਸੰਤ ਜਰਨੈਲ ਸਿੰਘ ਦੀ ਗੱਲ ਕਰਦੇ ਨੇ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ, ਉਹ ਪੂਰਨ ਪੰਜਾਬ ਦੀ ਆਜ਼ਾਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦਾ, ਅਤੇ ਤੁਸੀਂ ਖਾਸ ਕਰਕੇ ਇਹ ਜਿਹੜੀ ਉਹਨੇ ਸੰਪੂਰਨ ਪੰਜਾਬ ਦੀ ਗੱਲ ਕਰਨੀ ਸ਼ੁਰੂ ਕੀਤੀ ਆ, ਤੁਹਾਨੂੰ ਕੀ ਲੱਗਦਾ ਉਹਨੂੰ ਕੋਈ ਗਾਈਡ ਕਰਦਾ ਸੀ ਜਾਂ ਉਹਦੀ ਆਪਣੇ ਮਨ ਦੀ ਜਿਹੜੀ ਇਹ ਸੋਚ ਸੀ ਜਾਂ ਉਹ 'ਤੇ ਕੋਈ ਐਸੀ ਸੱਟ ਲੱਗੀ ਕਿ ਜਿਹੜੀ ਉਹਨੂੰ ਇਸ ਪਾਸੇ ਪ੍ਰੇਰਨਾ ਹੋਈ? ਨਹੀਂ, ਉਹ ਦੇਖੋ, ਆਪਾਂ ਪਹਿਲਾਂ ਵੀ ਜਦੋਂ ਇੱਕ KTV 'ਤੇ ਪ੍ਰੋਗਰਾਮ ਕੀਤਾ ਸੀ ਪਿਛਲੇ ਸਾਲ ਦਾ ਲੇਖਾ ਜੋਖਾ, ਉਹਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀਗੀ ਵੀ ਜਿੱਦਾਂ ਤੁਸੀਂ ਦੂਜੇ ਬੰਦਿਆਂ ਦੀ ਗੱਲ ਕੀਤੀ ਆ, ਉਹਦੇ ਵਿੱਚ ਜਿੰਨੇ ਦੂਜੇ ਬੰਦੇ ਕਿਸਾਨ ਅੰਦੋਲਨ ਦੇ ਵਿੱਚ ਆਉਂਦੇ ਆ ਜਾਂ ਇਸ ਮੋਰਚੇ ਦੇ ਵਿੱਚ ਆਉਂਦੇ ਆ, ਉਹ ਤਾਂ ਵਿਦਨ ਸਿਸਟਮ ਰਹਿ ਕੇ ਅਤੇ ਇਹਨਾਂ ਚੀਜ਼ਾਂ ਦੀ ਲੜਾਈ ਲੜਦੇ ਆ, ਉਹਦਾ ਹੱਲ ਭਾਲਦੇ ਆ। ਪਰ ਦੀਪ ਸਿੱਧੂ ਦੀ ਜਿਹੜੀ ਇੱਕ ਵਿਲੱਖਣਤਾ ਸੀਗਾ, ਉਹ ਦੀਪ ਸਿੱਧੂ ਉਹ ਸੋਚ ਦਾ ਧਾਰਨੀ ਸੀ ਵੀ ਜਿਹਦੇ ਕਾਰਨ ਇਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਵਾ, ਉਹਨੂੰ ਜੜ੍ਹ ਨੂੰ ਫੜਿਆ ਜਾਵੇ। ਅਤੇ ਜੜ੍ਹ ਨੂੰ ਫੜਨ ਦੇ ਲਈ ਉਹ ਇੱਕ ਤਾਂ ਇਹ ਸੀਗਾ ਵੀ ਉਹ ਕੋਈ ਇਸ ਚੀਜ਼ ਲਈ ਨਹੀਂ ਸੀ ਆਇਆ ਵੀ ਮੈਂ ਇਸ ਸਿਸਟਮ ਨੂੰ ਅੰਦਰੋਂ ਸਾਫ਼ ਕਰਾਂ। ਉਹਦੀ ਸੋਚ ਜਿਹੜੀ ਆ, ਜਾਂ ਤਾਂ ਉਹਨੇ ਪੜ੍ਹਿਆ ਇੰਨਾ ਜ਼ਿਆਦਾ,
ਫਿਰ ਉਹਨੇ ਸੋਚ ਬਣਾਈ, ਕਿਉਂਕਿ ਉਹਦਾ ਪੰਜਾਬ ਦੇ ਨਾਲ ਤਾਂ ਪਹਿਲਾਂ ਕੋਈ ਵਾਹ ਵਾਸਤਾ ਹੀ ਨਹੀਂ ਸੀਗਾ, ਅਤੇ ਉਹ ਇੱਕ ਵਿਚਾਰਧਾਰਕ ਤੌਰ ਦੇ ਉੱਤੇ ਆਇਆ ਸੀ ਵੀ ਇਹ ਉਹ ਜਿਹੜੀ ਸੰਤਾਂ ਦੀ ਵਿਚਾਰਧਾਰਾ ਸੀ ਨਾ ਉਹਦੇ ਮਨ ਦੇ ਵਿੱਚ ਬਹਿ ਗਈ ਸੀਗੀ, ਅਤੇ ਉਹਨੇ ਸਮਝ ਲਿਆ ਸੀਗਾ ਵੀ ਜਿੰਨਾ ਚਿਰ ਅਸੀਂ ਇਸ ਸਿਸਟਮ ਦੇ ਬਜਾਏ ਆਪਣਾ ਸਿਸਟਮ ਨਹੀਂ ਸਿਰਜਦੇ ਉਨਾ ਚਿਰ ਇਹ ਸਾਡੇ ਮੋਰਚੇ ਜਾਂ ਇਹ ਸਾਡੀਆਂ ਮੰਗਾਂ ਇਹ ਇੱਦਾਂ ਹੀ ਰਹਿਣੀਆਂ। ਸੋ ਉਹ ਕਿਸਾਨ ਮੋਰਚੇ ਦੇ ਵਿੱਚ ਦੀਪ ਸਿੱਧੂ ਦਾ ਵਖਰੇਵਾਂ ਹੀ ਇਸ ਚੀਜ਼ ਦਾ ਸੀ, ਉਹ ਆਉਂਦਾ ਸੀ ਵੀ ਜੇ ਇਹ ਇਹਨਾਂ ਪ੍ਰੋਬਲਮਾਂ ਨੂੰ ਖਤਮ ਕਰਨਾ ਅਤੇ ਉਹ ਸਿਸਟਮ ਦੀ ਜੜ ਪੁੱਟਣੀ ਪਊਗੀ, ਸਾਨੂੰ ਆਪਣਾ ਸਿਸਟਮ ਸਿਰਜਣਾ ਪਊਗਾ ਜਿਹੜਾ ਕਿ ਭਾਵੇਂ ਕਿ ਵੱਧ ਅਧਿਕਾਰਾਂ ਦਾ ਹੋਵੇ ਭਾਵੇਂ ਉਹ ਗਾਂ ਖਾਲਸਾ ਰਾਜ ਤੱਕ ਜਾਵੇ ਹੈਂ। ਅਤੇ ਇਸ ਕਰਕੇ ਉਹਦੀ ਵਿਰੋਧਤਾ ਹੋਣੀ ਕੁਦਰਤੀ ਸੀ, ਕਿਉਂਕਿ ਜਿਹੜੇ ਲੋਕ ਸਿਰਫ ਕੁਝ ਮੰਗਾਂ ਲੈ ਕੇ ਆਉਂਦੇ ਆ ਉਹਨਾਂ ਦਾ ਇੱਕ ਆਸ਼ਾ ਹੁੰਦਾ ਵਾ, ਉਹਨਾਂ ਦੇ ਇੱਕ ਮਨ ਦੇ ਵਿੱਚ ਰੀਝ ਹੁੰਦੀ ਆ ਵੀ ਇਸ ਜ਼ਰੀਏ ਅਸੀਂ ਜਿਹੜਾ ਵਾ ਉਹ ਅਖੀਰ ਗੱਲ ਆ ਜਾਂਦੀ ਆ ਵੀ ਸਿਆਸੀ ਕੁਰਸੀ ਹਾਸਲ ਕਰਨ ਤੱਕ ਜਾਣਾ। ਅਤੇ ਜਿਹੜੇ ਬੰਦੇ ਕਿਸੇ ਵਿਚਾਰਧਾਰਾ 'ਤੇ ਪਰਿਪੱਕ ਹੋ ਕੇ ਕਿਸੇ ਸੋਚ ਦੇ ਅਧੀਨ ਸਾਰੀ ਅੰਡਰਸਟੈਂਡਿੰਗ ਨਾਲ ਆਉਂਦੇ ਆ ਉਹਨਾਂ ਨੂੰ ਇਹ ਚੀਜ਼ ਨਹੀਂ ਉਹਨਾਂ ਦੇ ਮਨ ਦੇ ਵਿੱਚ ਹੁੰਦੀ, ਉਹਨਾਂ ਨੂੰ ਹੁੰਦਾ ਵੀ ਅਸੀਂ ਸਿਸਟਮ ਹੀ ਸਾਰਾ ਨਵਾਂ ਚੇਂਜ ਕਰਕੇ ਲੋਕਾਂ ਦਾ ਛੁਟਕਾਰਾ ਪਾਉਣਾ। ਅਤੇ ਉਹ ਭਾਵੇਂ ਦੀਪ ਨੂੰ ਸਾਰੇ ਲੋਕ ਕਹੀ ਜਾਂਦੇ ਸੀਗੇ ਵੀ ਇਹ ਤਾਂ ਆਪਣੀ ਸਿਆਸੀ ਕੁਰਸੀ ਹਾਸਲ ਕਰਨ ਦੇ ਲਈ ਆਇਆ, ਇਹ ਇਲੈਕਸ਼ਨ ਹਾਸਲ ਕਰ, ਉਹ ਕੁਦਰਤੀ ਸੀਗਾ ਕਿਉਂਕਿ ਸਾਡੀ ਆਮ ਲੋਕਾਂ ਦੀ ਥਿੰਕਿੰਗ ਹੀ ਇਹ ਆ ਵੀ ਅਸੀਂ ਇਸ ਪਾਸੇ ਆਣ ਕੇ ਜਾਂ ਸਮਾਜ ਸੇਵਾ ਵਾਲੇ ਪਾਸੇ ਜਾਂ ਧਰਮ ਵਾਲੇ ਪਾਸੇ ਜਾਂ ਸਿਆਸੀ ਪਾਸੇ ਲੋਕਾਂ ਦੀਆਂ ਥੋੜ੍ਹਾ ਬਾਹਲਾ ਚਿਰ ਮੰਗਾਂ ਉਠਾਉਣੀਆਂ ਅਤੇ ਫਿਰ ਅਸੀਂ MLA ਦੀ ਜਾਂ MP ਦੀ ਇਲੈਕਸ਼ਨ ਲੜਨੀ ਆ। ਉਹ ਲੋਕ ਜਿਹੜੇ ਆ ਉਹਦੇ ਤੋਂ ਉੱਤੇ ਸੋਚ ਨਹੀਂ ਸਕਦੇ ਹੁੰਦੇ, ਪਰ ਉਹ ਦੀਪ ਦੀ ਸੋਚ ਜਿਹੜੀ ਸੀਗੀ ਉਹ ਮੈਂ ਸਮਝਦਾ ਵੀ ਉਹਦੇ ਤੋਂ ਉੱਤੇ ਸੀ, ਤਾਂ ਹੀ ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਵੀ ਨਹੀਂ ਪਿਆ ਵੀ ਜੋ ਮਰਜ਼ੀ ਉੱਤੇ ਇਲਜ਼ਾਮ ਲਾਈ ਜਾਓ, ਉਹ ਆਪਣੀ ਜਿਹੜੀ ਆ ਸੋਚ ਦੇ ਉੱਤੇ ਤੁਰਿਆ ਗਿਆ। ਖਰ ਸਾਹਿਬ ਇੱਕ ਗੱਲ 'ਤੇ ਆਪਾਂ ਮੁੜ ਕੇ ਆਉਂਦੇ, ਇੱਕ ਦੋ ਸਵਾਲ ਮੇਰੇ ਹੋਰ ਨੇ, ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਤੁਹਾਡੇ ਪਰਿਵਾਰ 'ਚ ਕੰਮ ਹੋਇਆ ਖਲੜਾ ਸਾਹਿਬ ਨੂੰ ਔਫਿਸਰਾਂ ਨੇ ਵੱਡਿਆਂ ਨੇ ਕਿਹਾ ਸੀ ਕਿ ਤੂੰ ਫਾਈਲਾਂ ਚੱਕੀ ਫਿਰਦਾ ਵੀ ਇੱਕ ਦਿਨ ਤਾਂ ਅਸੀਂ ਤੈਨੂੰ ਫਾਈਲ ਬਣਾ ਦੇਣਾ ਵੀ ਤੇਰੀ ਵੀ ਇੱਕ ਦਿਨ ਫਾਈਲ ਬਣੂਗੀ। ਪਰ ਜੇ ਆਪਾਂ ਦੀਪ ਸਿੱਧੂ ਦੀ ਗੱਲ ਕਰੀਏ ਕਿ ਤੁਸੀਂ ਸਿਸਟਮ ਨਾਲ ਲੜਾਈ ਲੜੀ ਆ, ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ, ਐਂਡ ਮੈਨੂੰ ਪਤਾ ਕਿ ਜਿੰਨੀ ਕੁ ਤੁਸੀਂ ਗੱਲ ਕਰਦੇ ਹੋ ਉਹ ਤੁਸੀਂ ਮਤਲਬ ਕਿ ਲੋਕ ਉਹਦੇ 'ਤੇ ਬਾਅਦ 'ਚ ਵਿਚਾਰ ਵੀ ਕਰਦੇ ਨੇ। ਦੀਪ ਸਿੱਧੂ ਨੂੰ ਇਹ ਪਤਾ ਸੀਗਾ, ਗੱਲ ਬਾਹਰ ਆਈ ਸੀ ਬਈ ਉਹਨੂੰ ਏਜੰਸੀਆਂ ਨੇ ਧਮਕੀਆਂ ਦਿੱਤੀਆਂ ਸੀ, ਡਰਾਉਣਾ ਚਾਹਿਆ ਸੀ, ਤੁਹਾਡੇ ਕੋਲ ਕਿੰਨੀ ਕੁ ਨੌਲੇਜ ਆ ਇਹਦੇ ਬਾਰੇ ਵੀ, ਮੈਂ ਤੁਹਾਡੇ ਕੋਲ ਥੋੜ੍ਹੀ ਕਲੈਰਟੀ। ਇਹ ਵੇਖੋ, ਇਹ ਸੁਣਨ 'ਚ ਆਇਆ ਸੀਗਾ ਵੀ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਵਾ ਵੀ ਉਹਨੂੰ ਕੋਈ ਇੱਦਾਂ ਦੀਆਂ ਗੱਲਾਂ ਕਹੀਆਂ ਗਈਆਂ ਵੀ ਤੂੰ ਬਾਕੀ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਜਿੱਦਾਂ ਦੂਜੇ ਲੋਕ ਆਉਂਦੇ ਆ ਉੱਦਾਂ ਤੂੰ ਆ, ਜੋ ਮਰਜ਼ੀ ਕਰ, ਜਿੱਦਾਂ ਦੂਜੇ ਆ ਰਹੇ ਉੱਦਾਂ ਤੂੰ ਵੀ ਆ ਜਾ, ਹਾਂ ਵੀ ਉੱਦਾਂ ਤੂੰ ਆ ਜਾ ਅਤੇ ਜੋ ਮਰਜ਼ੀ ਕਰ, ਪਰ ਇਹ ਜਿਹੜਾ ਤੂੰ ਇਹ ਸਾਰਾ ਸਿਸਟਮ ਚੇਂਜ ਕਰਨ ਦਾ ਜਾਂ ਨਵਾਂ ਸਿਰਜਣ ਦੀ ਗੱਲ ਕਰਦਾ ਵੀ ਇਹ ਤੇਰਾ ਨਹੀਂ ਚੱਲਣ ਦੇਣਾ। ਅਤੇ ਮੈਂ ਆਉਂਦਾ ਵਾ ਵੀ ਉਹਦਾ ਅਖੀਰ ਜਿਹੜਾ ਉਸ ਦਿਨ ਹੋ ਗਿਆ ਸੀ ਜਿਸ ਦਿਨ ਉਹਨੇ ਉਹ ਇੱਕ ਹੱਥ 'ਚ ਝਾੜੂ ਫੜ ਕੇ ਅਤੇ ਇੱਕ ਹੱਥ 'ਚ ਸ੍ਰੀ ਸਾਹਿਬ ਫੜ ਕੇ ਕਿਹਾ ਸੀ ਵੀ ਆਪਣੇ ਨੌਕਰ ਬਣਨਾ ਜੇ ਜਾਂ ਰਾਜੇ ਬਣਨਾ ਜੇ ਜਾਂ ਸਰਦਾਰ ਬਣਨਾ ਜੇ, ਹੈ ਨਾ। ਅਤੇ ਉਹ ਇੱਕ ਜਿਹੜੀ ਆ ਉਹ ਸਾਰੇ ਵਿਰੋਧੀਆਂ ਦੇ ਲਈ ਜਾਂ ਡੀਪ ਸਟੇਟ ਦੇ ਲਈ ਉਹ ਇੱਕ ਬਹੁਤ ਵੱਡੀ ਚੈਲੇਂਜ ਘੰਟੀ ਸੀਗੀ, ਹਾਂਜੀ। ਅਤੇ ਬਾਕੀ ਇਹ ਆ ਵੀ ਇਸ ਰਸਤੇ 'ਤੇ ਚੱਲਣ ਵਾਲਿਆਂ ਸਾਰਿਆਂ ਲੋਕਾਂ ਦੇ ਅੱਗੇ ਹੀ ਇਹ ਚੀਜ਼ਾਂ ਆਉਂਦੀਆਂ ਵਾ, ਪਰ ਉਹ ਡਿਪੈਂਡ ਕਰਦਾ ਵਾ ਵੀ ਕੁਝ ਉੱਥੋਂ ਡਰ ਜਾਂਦੇ ਆ, ਕੁਝ ਚੁੱਪ ਕਰ ਜਾਂਦੇ ਆ, ਅਤੇ ਜਿਹੜਾ ਉਸ ਲਾਈਨ ਨੂੰ ਟੱਪੂਗਾ ਉਹਦੇ ਨਾਲ ਇਹ ਵਰਤਾਰਾ ਹੋਣਾ ਕੁਦਰਤੀ ਹੁੰਦਾ ਵਾ। ਇਹ ਆਮ ਦੁਨੀਆ ਦੀਆਂ ਸਾਰੀਆਂ ਲਹਿਰਾਂ ਦੇ ਵਿੱਚ, ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਵੀ ਇਹੋ ਹੀ ਗੱਲ ਹੋਈ ਸੀਗੀ, ਉਹਨਾਂ ਨੂੰ ਇਹ ਵਾਰਨਿੰਗਾਂ ਵੀ ਦਿੱਤੀਆਂ ਗਈਆਂ ਸੀ, ਸਾਰੇ ਲਾਲਚ ਵੀ ਦਿੱਤੇ ਗਏ ਸੀ। ਈਵਨ ਬੇਅੰਤ ਸੌਂਦੇ ਜਿਉਂਦਿਆਂ ਜਿਹੜੀ ਉਹ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੂੰ ਲਿਮੀਨੇਟ ਕਰਨ ਦਾ ਅਤੇ ਇੱਕ MLA ਦਾ ਆਣ ਕੇ ਉਹਨਾਂ ਨੂੰ ਦੱਸਣਾ,
ਅਤੇ ਹੋਰਨਾਂ ਵੀ ਬਹੁਤ ਪਾਰਟੀਆਂ ਦੇ ਬੰਦਿਆਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੂੰ ਈਵਨ ਬੜੇ ਬੜੇ ਪੰਥਕ ਘੁਮਾਉਣ ਵਾਲੇ ਬੰਦਿਆਂ ਨੇ ਵੀ ਉਹਨੂੰ ਕਿਹਾ ਸੀ ਵੀ ਅਸੀਂ ਤੇਰੇ ਨਾਲ ਨਹੀਂ ਚੱਲ ਸਕਦੇ, ਤੂੰ ਆਪ ਤਾਂ ਮਰਨਾ ਹੀ ਆ, ਸਾਨੂੰ ਵੀ ਮਰਵਾਏਗਾ। ਪਰ ਉਹ ਜਿਹੜੀ ਲਾਈਨ ਵਾ ਉਹ ਕਰੋਸ ਕਰ ਚੁੱਕਾ ਸੀ। ਉਸ ਲਾਈਨ ਤੋਂ ਬਾਅਦ ਜਿਹੜਾ ਇਨਸਾਨ ਉਹਨੂੰ ਕਰੋਸ ਕਰ ਜਾਂਦਾ ਉਹ ਫਿਰ ਪਰਮਾਤਮਾ ਦੇ ਭਾਣੇ 'ਚ ਚਲੇ ਜਾਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਪਰਮਾਤਮਾ ਦਾ ਭਾਣਾ, ਉਹ ਫਿਰ ਉਹਦੇ 'ਚ ਚਲੇ ਜਾਂਦਾ, ਉਹਦੇ ਤੋਂ ਵਾਪਸ ਨਹੀਂ ਮੁੜ ਸਕਦਾ ਹੁੰਦਾ। ਦੀਪ ਨੇ ਗੱਲ ਬਹੁਤ ਵਾਰ ਗੱਲ ਕਹੀ ਆ ਕਿ ਮੈਨੂੰ ਪਤਾ ਵੀ ਮੇਰਾ ਹਸ਼ਰ ਕੀ ਹੋਣਾ, ਪਰ ਉਸ ਗੱਲ ਤੋਂ ਉਹ ਡਰਿਆ ਨਹੀਂ, ਉਹਨੇ ਆਪਣੇ ਆਪ ਨੂੰ ਤਖੜਾ ਕੀਤਾ। ਅਤੇ ਜਿਹੜੀ ਉਹ ਚਿਣਗ ਦੀ ਗੱਲ ਕਰਦਾ ਹੁੰਦਾ ਸੀ, ਉਹ ਚਿਣਗ ਜਿਹੜੀ ਆ ਉਹ ਦਿਨ ਬ ਦਿਨ ਅਸੀਂ ਉਹ 'ਚ ਵੱਧ ਦੇਖੀ ਆ। ਖਲੜ ਸਾਹਿਬ ਜਿਹੜਾ ਇੰਸੀਡੈਂਟ ਹੁੰਦਾ ਬਹੁਤ ਮੇਰੇ ਹਿਸਾਬ ਨਾਲ ਲੱਕ ਟੁੱਟਿਆ ਸਾਰਿਆਂ ਦਾ, ਹਰ ਬੰਦਾ ਪਰੇਸ਼ਾਨ, ਚਾਹੇ ਦੀਪ ਨੇ ਹਰੇਕ ਦੇ ਦਿਲ ਦੇ ਵਿੱਚ ਘਰ ਕਰ ਲਿਆ ਸੀ, ਚਾਹੇ ਵਿਰੋਧੀ ਵੀ ਸਨ ਉਹਨਾਂ ਨੂੰ ਵੀ ਪਤਾ ਸੀ ਵੀ ਬੰਦਾ ਸਹੀ ਗੱਲ ਕਰ ਰਿਹਾ। ਹੁਣ ਇਹ ਜਿਹੜਾ ਵਰਤਾਰਾ ਵਰਤਿਆ ਉਸ ਦਿਨ ਐਕਸੀਡੈਂਟ ਜੋ ਦਿਖਾਇਆ ਗਿਆ, ਥਿਊਰੀ ਜਿਹੜੀ ਹੈ ਇਹ ਜਿਹੜੀ ਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਜਾਂ ਤੁਸੀਂ ਕੀ ਸੋਚਦੇ ਹੋ? ਵੇਖੋ, ਉਹ ਜੋ ਵੀ ਉੱਥੇ ਹੋਇਆ ਉਹਦੀ ਸੱਟ ਤਾਂ ਸਾਡੇ ਲਈ ਅਸਹਿ ਆ ਵੀ ਉਹ ਸਹਿਣ ਯੋਗ ਨਹੀਂ ਗੀ। ਪਰ ਜਿਹੜੀ ਚੀਜ਼ ਮੈਂ ਸਮਝਦਾ, ਜਦੋਂ ਆਪਾਂ ਸਾਰੇ ਦੁਨੀਆ ਦੇ ਇਤਿਹਾਸ ਦੇ ਵਿੱਚ ਨਜ਼ਰਾਂ ਮਾਰਦੇ ਹਾਂ ਨਾ ਵੀ ਇਹੋ ਜਿਹੇ ਬੰਦਿਆਂ ਦੇ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਵਾ, ਉਹ ਉਹਨਾਂ ਦਾ ਕੋਈ ਸਿੱਟਾ ਬਾਅਦ ਦੇ ਵਿੱਚ ਨਹੀਂ ਨਿਕਲਦਾ, ਕੋਈ ਗੱਲ ਕਲੀਅਰ ਉਹ ਆ ਨਹੀਂ ਸਕਦੀ ਬਾਹਰ। ਕਿਉਂਕਿ ਜੇ ਉਹਨਾਂ ਨੇ ਕਰਵਾਇਆ ਵਾ ਤਾਂ ਜਿਹੜੀ ਸਟੇਟ ਜਾਂ ਜਿਹੜੀ ਮਸ਼ੀਨਰੀ ਕਰਾ ਰਹੀ ਆ ਉਹਨਾਂ ਨੇ ਇਨਕੁਆਇਰੀ ਕਰਨੀ ਆ। ਉਹ ਤਾਂ ਕਿਤੇ ਵੀ ਵੇਖ ਲਓ ਦੁਨੀਆ ਦੇ ਵਿੱਚ ਉਹ ਗੱਲ ਸਾਹਮਣੇ ਨਹੀਂ ਗਈ ਆਈ। ਮੈਂ ਇਹ ਸੋਚਦਾ ਵੀ ਸਾਨੂੰ ਉਸ ਚੀਜ਼ ਦੇ ਉੱਤੇ ਜ਼ਿਆਦਾ ਐਨਰਜੀ ਵੇਸਟ ਕਰਨ ਦੀ ਬਜਾਏ ਸਾਨੂੰ ਇਹ ਸਮਝਣਾ ਚਾਹੀਦਾ ਵਾ ਵੀ ਸਿੱਖ ਸੰਗਤ ਨੇ ਜਾਂ ਪੰਜਾਬ ਦੇ ਲੋਕਾਂ ਨੇ ਕੀ ਫਤਵਾ ਦਿੱਤਾ। ਉਹ ਉਸ ਦਿਨ ਉਸ ਦੇ ਸੰਸਕਾਰ ਦੇ ਉੱਤੇ ਜਿਹੜਾ ਇਕੱਠ ਹੋਇਆ ਵਾ ਉਸ ਚੀਜ਼ ਨੇ ਉਹ ਫਤਵਾ ਦੇ ਦਿੱਤਾ, ਦੀਪ ਨੂੰ ਅਕਸੈਪਟ ਕਰ ਲਿਆ ਵੀ ਉਹ ਸਿੱਖ ਕੌਮ ਦਾ ਹੀਰਾ ਸੀਗਾ ਅਤੇ ਉਹ ਸਾਡੇ ਤੋਂ ਖੋਇਆ ਗਿਆ ਵਾ। ਹੁਣ ਉਦੋਂ ਗਾਂ ਤਾਂ ਜਦੋਂ ਉਹਦੇ ਵਾਰਸਾਂ ਨੇ ਅਕਸੈਪਟ ਕਰ ਲਿਆ ਵੀ ਉਹ ਸਾਡੇ ਤੋਂ ਖੋਇਆ ਗਿਆ ਵਾ, ਅਤੇ ਫਿਰ ਇਨਕੁਆਇਰੀਆਂ ਦੇ ਵਿੱਚ ਜਿਹੜਾ ਜਾਣ ਦੀ ਬਜਾਏ ਅਸੀਂ ਉਹ ਜਿਹੜੀ ਦੀਪ ਦੀ ਸੋਚ ਵਾ ਜੋ ਉਹ ਨੌਜਵਾਨਾਂ ਦੇ ਮਨਾਂ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਵਹਿ ਗਿਆ ਵਾ ਉਹਦੇ ਵੱਲੇ ਜ਼ਿਆਦਾ ਕੰਸਨਟ੍ਰੇਟ ਜਿਹੜਾ ਵਾ ਉਹ ਸਾਨੂੰ ਕਰਨਾ ਚਾਹੀਦਾ ਵਾ। ਇਨਕੁਆਇਰੀਆਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਅੱਗੇ ਆਪਣੀਆਂ 1984 ਤੋਂ ਲੈ ਕੇ ਹੁਣ ਤੱਕ ਚੱਲਣ ਡੀਆਂ, ਲਾਵਾਰਸ ਲਾਛਾਂ ਦੀਆਂ ਹੁਣ ਤੱਕ ਚੱਲਣ ਡੀਆਂ, ਗਾਂ ਦੇ ਗਾਂ ਹੋਰ ਕੇਸ ਮਿਲਣ ਡੇ ਆ। ਸੋ ਜਿਨ੍ਹਾਂ ਨੇ ਸਾਡੇ 'ਤੇ ਜ਼ੁਲਮ ਢਾਇਆ ਹੁੰਦਾ ਉਹਨਾਂ ਤੋਂ ਜ਼ਿਆਦਾ ਇਨਸਾਫ ਦੀ ਆਸ ਜਿਹੜੀ ਆ ਉਹ ਕਿਤੇ ਵੀ ਨਹੀਂ ਦੁਨੀਆ 'ਚ ਮਿਲਦੀ, ਉੱਥੇ ਤਾਂ ਕੀ ਗੱਲ ਆ। ਪਰ ਸਾਡੀ ਮੇਨ ਚੀਜ਼ ਇਹ ਆ ਵੀ ਜਿੱਦਾਂ ਦੀਪ ਸਾਰੀਆਂ ਜਥੇਬੰਦੀਆਂ ਤੋਂ ਉੱਚਾ ਉੱਠ ਕੇ ਇੱਕ ਪੰਥ ਨੂੰ ਇਕੱਠਾ ਕਰਨ ਵੱਲੇ ਤੁਰਿਆ ਸੀ, ਅੱਜ ਵੀ ਸਾਨੂੰ ਦੀਪ ਦੀ ਸੋਚ ਇਹ ਸੀ, ਭਾਵੇਂ ਉਹਨੂੰ ਕਿਸੇ ਨੇ ਕਿੰਨੀਆਂ ਵੀ ਗਾਲਾਂ ਕੱਢੀਆਂ, ਕਿੰਨਾ ਵੀ ਮਾੜਾ ਗਿਆ, ਉਹਨੇ ਕਿਹਾ ਮੈਂ ਸਾਰੇ ਗੁੱਸੇ ਗਿਲਵੇ ਭੁਲਾ ਤੇ ਮੈਂ ਸਾਰਿਆਂ ਨੂੰ ਇਕੱਠਾ ਕਰਨਾ। ਅਸਲ ਲੀਡਰ ਦੀ ਨਿਸ਼ਾਨੀ ਇਹ ਹੁੰਦੀ ਆ ਵੀ ਜਿਹੜੇ ਆਪਣੇ ਪਰਸਨਲ ਗਿਲਵੇ ਭੁਲਾ ਕੇ ਗੁੱਸੇ ਭੁਲਾ ਕੇ ਤਾਂ ਵੀ ਸਾਰਿਆਂ ਨੂੰ ਗਲ ਵਕੜੀ ਲਾਉਂਦਾ। ਅੱਜ ਮੈਂ ਸਾਰੇ ਨੌਜਵਾਨਾਂ ਨੂੰ ਵੀ ਇਹ ਵੀ ਬੇਨਤੀ ਕਰੂੰਗਾ ਵੀ ਸਾਨੂੰ ਜੇ ਸਮਝਣਾ ਤਾਂ ਅਸੀਂ ਦੀਪ ਦੀ ਸੋਚ ਨੂੰ ਸਮਝਣ ਦੀ ਲੋੜ ਆ। ਇਕੱਲਾ ਇਹ ਨਹੀਂ ਵੀ ਉਹ ਨਾਅਰੇ ਲਾਇਆ ਵੀ ਉਹ ਅਸੀਂ ਤੇਰੀ ਸੋਚ 'ਤੇ ਪਹਿਰਾ ਰਵਾਂਗੇ, ਉਹ ਜਿਹੜਾ ਕਾਰਜ ਤੁਹਾਨੂੰ ਦੇ ਗਿਆ ਵਾ ਉਹਨੂੰ ਗਾਂਹ ਕਿੱਦਾਂ ਤੋਰਨਾ, ਉਹਨੂੰ ਗਾਂਹ ਤਾਂ ਹੀ ਤੋਰਾਂਗੇ ਜੇ ਜੋਸ਼ ਦੇ ਨਾਲ ਹੋਸ਼ ਨੂੰ ਵੀ ਕਾਇਮ ਰੱਖਾਂਗੇ। ਅੱਜ ਖਾਸ ਕਰਕੇ ਕੁਝ ਗੱਲਾਂ ਸਾਹਮਣੇ ਆ ਰਹੀਆਂ ਵਾ ਵੀ ਉਹਦੇ ਭੋਗ 'ਤੇ ਵੀ ਕੁਝ ਨੌਜਵਾਨ ਜਿਹੜੇ ਆ ਉਹ ਗੁੱਸੇ ਦੇ ਵਿੱਚ ਵਾ ਵੀ ਫਲਾਣਾ ਨਾ ਆਵੇ, ਢੀਂਗੜਾ ਨਾ ਨਾ ਆਵੇ, ਕੁਝ ਗੱਲਾਂ ਚੱਲ ਰਹੀਆਂ ਸੋਸ਼ਲ ਮੀਡੀਆ 'ਤੇ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉੱਥੇ ਜਿਹੜਾ ਵੀ ਆਉਂਦਾ ਦੀਪ ਦੀ ਸੋਚ ਹੀ ਇਹ ਵੀ ਭਾਵੇਂ ਸਾਡਾ ਦੁਸ਼ਮਣ ਵੀ ਆਵੇ ਉਹ ਵੀ ਵੈਲਕਮ ਆ, ਅਸੀਂ ਉਹਨੂੰ ਸੋਚ ਦੇ ਆਧਾਰ 'ਤੇ ਕਨਵਿੰਸ ਕਰਾਈਏ, ਨਾ ਕਿ ਗਾਲੀ ਗਲੋਚ ਦੇ ਤੌਰ 'ਤੇ ਜਾਂ ਉਹਨੂੰ ਆਪਦੀ ਵਿਰੋਧਤਾ 'ਚ ਲਿਆਉਣ ਦੀ ਬਜਾਏ। ਜੇ ਕਿਸੇ ਨੇ ਪਿਛਲੇ ਸਮੇਂ 'ਚ ਦੀਪ ਦੇ ਜਿਉਂਦਿਆਂ ਗਲਤੀਆਂ ਕਰ ਵੀ ਲਈਆਂ ਉਹ ਅੱਜ ਸਾਡੇ ਨਾਲ ਆਉਂਦਾ ਅਤੇ ਉਹਨੂੰ ਵੀ ਨਾਲ ਲਿਆਉਣਾ ਜਿਹੜਾ ਉਹ ਸਾਡਾ ਫਰਜ਼ ਹੈ। ਇਹੋ ਹੀ ਦੀਪ ਨੂੰ
असली श्रद्धांजलि हो, क्योंकि दीप चाहुंदा सीगा पंथ जिहड़ा वा उह सारा इकट्ठा होवे, पंजाब सारा इकट्ठा होवे, ते इह जिहड़ा सिस्टम जिहदे विच साडी लुट घसुट हो रही आ, जिहदे च सानू मारिया कुट्टिया जा रहा वा, जिहदे च साडे हक खोए जा रहे आ, उहदी हर एक गल इह सी भी असीं पंजाब नूं तां ही बचा सकते हाँ जे असीं पंजाब दे मुताबक जिहड़ा वा इह राजसी सिस्टम सिरजांगे, ते उहदे बारे सानू जोर देना जिहड़ा जरूरी आ। खाड़ा साहब, जिहड़ी असल च हुण देखण नूं चोणां आ 2000 मतलब कल नूं वोटां पैणियां ने, जिहड़ा उहनां ने पिछले दिनां दे विच डट के जिहड़ा स्टैंड सरदार सिमरजीत सिंह मान साहब उहनां दा पंजाब दे विच दित्ता, ते मैं इत्थे तक इह वी देखदा कि जे ते उह वोटां च किसे दी हमायत ना करदा ते शायद दीप साडे जज हुंदा, असीं इदां वी कह सकदे हां, क्योंकि जिहड़ी उह तुसीं गल आपां पहलां वी कीती सी वी जिहड़ी उह झाड़ू वाली ते श्री साहब वाली जिहड़ी उह शस्त्र दी शमीर उहने शमशीर हत्थ 'च फड़ के जदों उह स्टेज ते जिहड़े बोल उहने कहे ने उह अज वी कन्नां दे विच गूंजदे ने, ते तुसीं जिहड़ा खास करके जिहड़ा मान साहब बारे की कहना चाहुंदे हो जिहड़ा कि वोटां कल नूं ने? नहीं वेखो, आपणे कहिंदे जिहड़ी दीप दी सोच सीगी जां होर भी जिहड़े उत्थे बुद्धिवान आ, उह अज असीं इस स्थिति दे उत्ते पहुँच गए सां भी इह जिहड़े पोलिटिकल पार्टियां वा इहनां दी इहनां दे लई सिख वोट दी कोई वैल्यू नहीं रहि गई, क्योंकि सिख वोट दा आप दा कोई जिहड़ा पंथक बेस नहीं रहा जदों दा अकाली दल जिहड़ा वा पंथक मुद्दिआं तों पासे हट गया, ते अज देखो होर डेरियां दे मगर सियासी पार्टियां वाले लीडर किदां भज्जे फिरदे, किसी नूं जेल चों छड्डदे आ, किसी दे आप जांदे आ, कईआं नूं हुण आ किन्नेआं नूं 40-50 नूं आपदे घर सद के मोदी ने रोटी पाणी खवाया वा, पर वो सिख वोट नूं कोई नहीं समझते, तो वो दीप दी ये इच्छा ही भी मैं सिख वोट दी ताकत जिहड़ी आ विखाउणी आ, ते उहदे विच श्रोमणी अकाली दल अमृतसर सी सरदार सिमरनजीत सिंह मान दा जिहड़ा पंथक तौर दे उत्ते विचरदा सीगा, ते वो दीप वाली विचारधारा दी गल भी करदा सीगा, तो उन्होंने ये फैसला किया भी क्यों ना असी सिख कौम की जिहड़ी वोट वा उहनू उत्थे इकट्ठी करके विखाईए। जिहड़े कुछ ही दिनां दे विच दीप ने जिहड़ा उह सारे हालात चेंज करते जदों उह पिंडां दे विच आप निकलिया, उहदे नाल इह आ भी उह इंपैक्ट पिया ते आउण वाले समें 'च तुहानूं होर दिसूगा, क्योंकि जदों आपां पिछलियां इलैक्शनां दी गल करदे हाँ ते श्रोमणी अकाली दल अमृतसर नूं सिमरनजीत सिंह मान उहनां दे सारे कैंडीडेटां नूं पंजाब दे विचों 46,000 वोटां पईआं रला के टोटल जिहड़ी टोटल सारे पंजाब दे कैंडीडेटां दी, ते ऐरकी इह आ भी जे मान साहब उत्थों जित जांदे आ ते उहो ही बाकी दे कैंडीडेटां दी गिनती लिजा के कोई 5-10 लाख दे लागे पहुँच जांदी आ, ते इह इक दीप दा जिहड़ा वा उह सोच दा नतीजा वा वह फतवा वा भी भाई सिख कौम आपदी वोट इकट्ठी करके तुहानू सबक सिखा सकती आ, ते इह बहुत जिहड़ी आ उहदा शलाघाजोग कदम आ, ते मान साहब हुणी मैं आना जित के उत्थे जाण लोकां नूं जताउणा चाहीदा, ते होरना भी हलकियां दे विच उहनां दी वोट वधे, क्योंकि आउण वाले समें दे विच असीं पंथक वोट नूं इक प्लेटफार्म ते इकट्ठी कर सकीए, ते इहो ही दीप नूं भी श्रद्धांजलि आऊगी। प्रोग्राम क्योंकि अज आपां इत्थे कैंडलाइट विजल भी आ दीप वास्ते रख्या, ते खालड़ा साहब स्पैशल GNG समैदिक बर्मिंघम पहुँचे ने, ये सिर्फ मैनू याद है कि जदों मैं इन्हां दे नाल गल्लबात साडी होई, इन्हां ने भी कहिंदे भी नहीं दिल नहीं करदा भी, मतलब एक बार तो इंज महसूस होया भी जिंदगी खड़ गई आ, तो मुड़ के हुण जिउणा ते पैणा दीप दे, जे असीं कहिंदे आ ते जिन्हां बंदिआं ने स्टैंड डे वन तों रख्या दीप दे नाल, चाहे उहदे नाल धक्का होया, चाहे 26 दी घटना हुंदी है, चाहे किसान लीडर जिहड़े आ उहनां गिणवें चुणवें बंदिआं चों, कि TV भी है कि तुसीं देख सकदे कि असीं हमेशा शंभू मोर्चे तों लै के हुण तक उहनां दा उहदे नाल रहे हां, ते पर मन खलड़ा साहब थोनू लगता भी हुण दीप तों वधा किहड़ा चेहरा तुसीं देखदे हो? इक नौजवानी दी ते जरूरत है, नौजवानी जागृत भी हुई, हरियाणे वाली भी हुई है, जदों मैं हुण सोशल मीडिया ते देखदा कि ये बहन जिदा हुण बहन बह तुरिया जिस पासे नूं तुरिया, ते इस टाइम इन्हां नूं संभालण दी लोड़ है,
ਕਿਹਨੂੰ ਦੇਖਦੇ ਹੋ ਤੁਸੀਂ ਵੀ ਜਿਹੜਾ ਇਸ ਟਾਈਮ ਗਾਈਡ ਕਰ ਸਕਦਾ? ਮੈਨੂੰ ਪਤਾ ਦੀਪ ਵਾਲੀ ਗੱਲ ਤਾਂ ਨਹੀਂ ਬਣਦੀ, ਕਿਉਂਕਿ ਜੇ ਜਿਹੜੀ ਗੱਲ ਉਹਦੇ ਕੋਲ ਸੀ ਸ਼ਾਇਦ ਕੋਈ ਕਿਸੇ ਨੂੰ ਦੇਖਦੇ ਹੋ ਤੁਸੀਂ? ਨਹੀਂ ਵੇਖੋ, ਇਹ ਤੁਸੀਂ ਕਿਸੇ ਨੂੰ ਕਿਸੇ ਦੇ ਉੱਤੇ ਉਂਗਲ ਨਹੀਂ ਰੱਖ ਸਕਦੇ ਹੁੰਦੇ ਇਹਨਾਂ ਲਹਿਰਾਂ ਦੇ ਵਿੱਚ, ਨਾ ਹੀ ਜਿਹੜੇ ਲੀਡਰ ਵਾ ਉਹ ਬਣਾਇਆ ਬਣਦੇ ਹੁੰਦੇ ਆ, ਇਹ ਲਹਿਰਾਂ ਦੇ ਵਿੱਚੋਂ ਨਿਕਲਦੇ ਹੁੰਦੇ ਆ। ਅਤੇ ਇਹ ਦੀਪ ਨਿਕਲਿਆ, ਇਹ ਜਿੱਦਾਂ ਦੀਪ ਨਿਕਲਿਆ, ਹੁਣ ਦੀਪ ਨੂੰ ਕਿਸੇ ਨੇ ਬਣਾਇਆ ਨਹੀਂ, ਉਹ ਇੱਕਦਮ ਇਸ ਚੀਜ਼ ਦੇ ਵਿੱਚ ਆਇਆ, ਇੱਕਦਮ ਲੋਕਾਂ ਨੂੰ ਕਨਵਿੰਸ ਕਰਾ ਕੇ। ਪਰ ਦੀਪ ਇਹ ਭਾਵੇਂ ਕੋਈ ਸਾਡੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਲੀਡਰ ਨਾ ਵੀ ਨਿਕਲੇ, ਕਿਉਂਕਿ ਇੱਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਵਾ ਉਹ ਕਿਤੇ 10-20 ਸਾਲੀ ਕੋਈ ਨਿਕਲਦੀ ਹੁੰਦੀ ਆ। ਪਰ ਉਹ ਸਾਨੂੰ ਇਹ ਚੀਜ਼ ਦੇ ਗਿਆ ਵੀ ਸਾਡੀਆਂ ਦੋ ਜਨਰੇਸ਼ਨਾਂ ਨੂੰ ਇਸ ਪਾਸੇ ਤੋਰ ਗਿਆ ਇਸ ਲਾਈਨ ਦੇ ਉੱਤੇ। ਹੈਂ, ਤੁਸੀਂ ਦੇਖੋ ਹੁਣ ਉਹਦੇ ਸੰਸਕਾਰ ਦੇ ਉੱਤੇ ਨਾ 40 ਸਾਲ ਤੋਂ ਲੈ ਕੇ 14-15 ਸਾਲ ਤੱਕ ਦੇ ਜਿਹੜੇ ਆ ਆਪਣੇ ਨੌਜਵਾਨ ਉੱਥੇ, ਜਾਣੀ ਕਿ 95% ਇਹੋ ਨੌਜਵਾਨ ਸੀਗੇ। ਅਤੇ ਉਹ ਦੇਖੋ 40 ਤੋਂ ਲੈ ਕੇ 15 ਤੱਕ ਜਿਹੜੀਆਂ ਗਿਣਤੀਆਂ ਮਿਣਤੀਆਂ ਦੇ ਨਾਲ ਕੱਢ ਹੀ ਸਕਿਆ। ਗੱਲ ਇਹ ਆ ਬਿਲਕੁਲ ਵੀ ਪੈਰਾਮੀਟਰ ਤਾਂ ਸਾਡੇ ਕੋਲ ਹੈ ਨਹੀਂ, ਗੱਲ ਲਹਿਰ 'ਚੋਂ ਹੀ ਬੰਦੇ ਨਿਕਲਦੇ ਨੇ ਜੇ ਅੱਜ ਤੱਕ ਲਹਿਰਾਂ ਦੇਖੀਆਂ। ਪਰ ਫਿਰ ਵੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹਨਾਂ ਨੂੰ ਇਸ ਟਾਈਮ ਖਾਲੜਾ ਸਾਹਿਬ ਜਦੋਂ ਮੈਂ ਉਹਨਾਂ ਨੂੰ ਦੇਖਦਾ ਭਾਵਕ ਹੋਏ ਨੇ, ਇਮੋਸ਼ਨਲ ਨੇ। ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਖਾਸ ਕਰਕੇ ਜੇ ਦੀਪ ਸਿੱਧੂ ਨੂੰ ਆਈਡੀਅਲ ਮੰਨਦੇ ਵੀ ਨੇ ਐਂਡ ਕਿਸੇ ਹੱਦ ਤੱਕ ਉਹਨਾਂ ਦਾ ਇਜਾਜ਼ ਵੀ ਹੈ, ਪਰ ਪੰਜਾਬ ਦੀ ਨੌਜਵਾਨੀ ਨੂੰ ਕੀ ਕਹਿਣਾ ਚਾਹੁੰਦਾ? ਮੈਂ ਪੰਜਾਬ ਦੀ ਨੌਜਵਾਨੀ ਨੂੰ ਇਹੀ ਬੇਨਤੀ ਕਰੂੰਗਾ ਵੀ ਜੇ ਦੀਪ ਸਿੱਧੂ ਨੂੰ ਵਾਕਿਆ ਹੀ ਸਮਝਦੇ, ਜੇ ਉਹ ਦੇਖੋ ਉਹਨੇ ਥੋੜ੍ਹੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਦੇ ਨਾਲ ਸੰਬੰਧਿਤ ਇਤਿਹਾਸਿਕ ਦਸਤਾਵੇਜ਼ ਕਿਤਾਬਾਂ ਉਹਨੇ ਸਾਰੀਆਂ ਪੜ੍ਹ ਲਈਆਂ ਸੀ, ਉਹਦੀ ਨੌਲੇਜ ਜਿਹੜੀ ਆ ਉਹ ਇੱਥੋਂ ਤੱਕ ਚਲੇ ਗਈ ਸੀ ਵੀ ਉਹ ਹਰ ਇੱਕ ਚੀਜ਼ 'ਤੇ ਲੋਕਾਂ ਨੂੰ ਕਨਵਿੰਸ ਕਰਾ ਸਕਦਾ ਸੀ, ਹਰ ਇੱਕ ਚੀਜ਼ ਦੇ ਉੱਤੇ ਹਿੱਕ ਠੋਕ ਕੇ ਗੱਲ ਕਰ ਸਕਦਾ ਸੀ। ਅੱਜ ਜਿਹੜੀ ਸਾਡੇ ਵਿੱਚ ਇਹ ਘਾਟ ਵਾ ਬਹੁਤ ਵੱਡੀ ਵੀ ਅਸੀਂ ਲਿਟਰੇਚਰ ਪੜ੍ਹਨੋਂ ਬਹੁਤ ਭੱਜਦੇ ਹਾਂ, ਅਸੀਂ ਆਪਣੇ ਇਤਿਹਾਸ ਨੂੰ ਪੜ੍ਹਨੋਂ ਬਹੁਤ ਭੱਜਦੇ ਹਾਂ। ਸੋ ਸਭ ਤੋਂ ਵੱਡੀ ਜ਼ਰੂਰਤ ਤਾਂ ਇਹ ਆ ਵੀ ਜਿੰਨਾ ਵੀ ਜ਼ਿਆਦਾ ਇਤਿਹਾਸ ਪੜ੍ਹ ਕੇ ਉਹਨੂੰ ਸਮਝਿਆ ਜਾਵੇ, ਜਿਹੜਾ ਪਿਛਲਾ 60-70 ਸਾਲ ਦਾ ਸਾਡਾ ਵਰਤਾਰਾ ਵਾ ਉਹਨੂੰ ਕੰਪੇਅਰ ਜਿਹੜਾ ਵਾ ਅਸੀਂ 18ਵੀਂ ਸਦੀ ਦੇ ਨਾਲ ਵੀ ਕਰਨਾ ਵੀ ਉਦੋਂ ਸਾਡੀ ਲੜਾਈ ਕਿੱਦਾਂ ਦੀ ਸੀ, ਹੁਣ ਸਾਡੀ ਲੜਾਈ ਕਿੱਦਾਂ ਦੀ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਅੱਜ ਜ਼ਮਾਨਾ ਜਿਹੜਾ ਵਾ ਫਿਜ਼ੀਕਲੀ ਲੜਾਈ ਤੋਂ ਦਿਮਾਗੀ ਲੜਾਈ ਦਾ ਵਾ। ਅਤੇ ਉਹਦੇ ਵਿੱਚ ਦਿਮਾਗੀ ਲੜਾਈ ਦੇ ਵਿੱਚ ਜਿੱਥੇ ਜੋਸ਼ ਸਾਡਾ ਹੋਣਾ ਜ਼ਰੂਰੀ ਆ, ਉੱਥੇ ਹੋਸ਼ ਹੋਣੀ ਬਹੁਤ ਜ਼ਰੂਰੀ ਆ। ਤੁਸੀਂ ਦੀਪ ਨੂੰ ਵੇਖੋ ਵੀ ਉਹਦੇ ਵਿੱਚ ਇਹ ਕੁਦਰਤੀ ਸਾਰੀਆਂ ਗੱਲਾਂ ਸੀ, ਅਤੇ ਉਹਦੇ ਨਾਲ ਜਿਹੜਾ ਹੰਕਾਰ ਆਪਣੇ ਵਿੱਚੋਂ ਮਾਰਨਾ ਵੀ ਜਿਹੜੀ ਇੱਕ ਮੈਂ ਕੱਢਣੀ ਹਮੇ ਕੱਢਣੀ ਉਹ ਬਹੁਤ ਜ਼ਰੂਰੀ ਆ। ਇਹ ਕਿਉਂਕਿ ਜਿਹੜਾ ਪੰਥ ਆ ਨਾ ਉਹ ਬੜੀਆਂ ਵੱਖੋ ਵੱਖਰੀਆਂ ਚੀਜ਼ਾਂ ਦਾ ਸਮੂਹ ਆ, ਇਹ ਇੱਕ ਕੋਈ ਇੱਕ ਜਥੇਬੰਦੀ ਨਹੀਂ ਗੀ। ਜਦੋਂ ਤੁਸੀਂ ਇੱਕ ਜਥੇਬੰਦੀ ਤੱਕ ਰੁਕ ਜਾਂਦੇ ਜੇ ਨਾ ਉਦੋਂ ਤੁਸੀਂ ਉਹ ਪੰਥਕ ਵਿਸ਼ਾਲਤਾ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾ ਸਕਦੇ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਠਣਾ ਪੈਣਾ, ਇਤਿਹਾਸ ਨੂੰ ਚੰਗੀ ਤਰ੍ਹਾਂ ਘੋਖਣਾ ਪੈਣਾ, ਪੜ੍ਹਨਾ ਪੈਣਾ, ਸਾਡੀਆਂ ਪ੍ਰੋਬਲਮਾਂ ਕੀ ਆ ਉਹਨਾਂ ਨੂੰ ਸਮਝਣਾ ਪੈਣਾ, ਅਤੇ ਫਿਰ ਗਾਂ ਤੁਰਨਾ ਪੈਣਾ। ਦੀਪ ਨੂੰ ਅਤੇ ਸਾਡੇ ਸਮੁੱਚੇ ਜਿਹੜੇ ਪੁਰਾਣੇ ਸ਼ਹੀਦ ਆ ਉਹਨਾਂ ਨੂੰ ਇਹੋ ਹੀ ਸ਼ਰਧਾਂਜਲੀ ਹੋਊਗੀ। ਲਾਸਟ ਸਵਾਲ ਮੇਰਾ, ਕਿਉਂਕਿ ਕੁਛ ਘੰਟਿਆਂ ਤੱਕ ਪੰਜਾਬ ਦੇ ਵਿੱਚ 20 ਤਰੀਕ ਜਿਹੜੀ ਹੈ ਕੱਲ੍ਹ ਨੂੰ ਸਵੇਰ ਨੂੰ ਹੈ ਇਹ ਪ੍ਰੋਗਰਾਮ ਜਿਹੜਾ ਪਹੁੰਚ ਜਾਣਾ ਲੋਕਾਂ ਤੱਕ, ਕਿਉਂਕਿ ਆਪਣਾ ਹੁਣ ਥੋੜ੍ਹੇ ਚਿਰ ਤਾਂ ਹੀ ਚੱਲੇਗਾ, ਉਸ ਤੋਂ ਬਾਅਦ ਆਪਣਾ ਕੈਂਡਲਾਈਟ ਵਿਜਲਾ ਦੀਪਲੇ ਲਈ ਜਿਹੜਾ ਆਪਾਂ ਕਰ ਰਹੇ ਹਾਂ GNG ਸਮੈਦਿਕ, ਪੰਜਾਬ ਦੇ ਖਾਸ ਕਰਕੇ ਲੋਕਾਂ ਨੂੰ ਕਿਹੜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਸਵੇਰ ਨੂੰ ਵੋਟ ਪਾਉਣੀ ਹੈ, ਤੁਸੀਂ ਕਿਹੜੀ ਚੀਜ਼ ਦਾ ਖਿਆਲ ਰੱਖਿਆ ਜਾਵੇ? ਲਾਸਟ ਸਵਾਲ ਮੇਰਾ। ਮੈਂ ਤਾਂ ਵੇਖੋ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ ਇਸ ਟਾਈਮ ਜਿੰਨੀਆਂ ਵੀ ਸਿਆਸੀ ਪਾਰਟੀਆਂ ਵਾ ਸਾਡੇ ਲਈ ਸਾਰੀਆਂ ਇੱਕੋ ਜਿਹੀਆਂ ਹੀ ਆ, ਹੈ ਨਾ, ਉਹ ਕੋਈ ਵੀ ਜਿਹੜਾ ਵਾ ਉਹ ਪੰਜਾਬ ਦੇ ਹਿੱਤਾਂ ਦੇ ਲਈ ਨਹੀਂ। ਸੋ ਇਹ ਜਿਹੜੇ ਸਿਆਸੀ ਪਾਰਟੀਆਂ ਲੀਡਰ ਹੁੰਦੇ ਆ ਇਹ ਡਰਦੇ ਆ ਆਪਣੀ ਵੋਟ ਬੈਂਕ ਤੋਂ, ਅਤੇ ਉਹਨਾਂ ਨੂੰ ਸਾਨੂੰ ਵਿਖਾਉਣਾ ਪਊ ਜੋ ਦੀਪ ਕਹਿ ਗਿਆ ਹੈ। ਅਤੇ ਜੇ ਦੀਪ ਆਪਣੇ ਕਹਿ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾਉਣੀ ਆ, ਅਤੇ ਕੱਲ੍ਹ ਵੀ ਅਸੀਂ ਉਸੇ ਚੀਜ਼ ਦੇ ਉੱਤੇ ਪਹਿਰਾ ਦੇ ਕੇ ਜਿੰਨੀ ਵੱਧ ਰੇਸ਼ੋ ਅਸੀਂ
उस पार्टी दे विच वोट दी वधावांगे उन्ना ही जिहड़ा साडा सियासी प्रभाव इन्हां पार्टियां दे उत्ते ज़्यादा वधूगा। सानू एक दिन इत्थों तक, मैं पहलों भी कहिंदा, सानू एक दिन इत्थों तक अपना प्लेटफार्म लिजाणा पऊ ਵੀ ਅਸੀਂ ਭਾਵੇਂ ਇਲੈਕਸ਼ਨਾਂ ਨਾ ਲੜੀਏ, ਅਸੀਂ ਬਾਹਰ ਬੈਠੇ ਉੱਥੋਂ ਦੀ ਸਰਕਾਰ ਬਣਾ ਸਕੀਏ, ਬਾਹਰ ਬੈਠੇ ਉੱਥੋਂ ਦੀ ਸਰਕਾਰ ਤੋੜ ਸਕੀਏ। ਕੋਈ ਇੱਦਾਂ ਦਾ ਪੰਥਕ ਪਲੇਟਫਾਰਮ ਇਹ ਦੀਪ ਵੀ ਸਿਰਜਣਾ ਚਾਹੁੰਦਾ ਸੀ। ਉਹਨੇ ਕਿਹਾ ਵੀ ਇਹ ਵੀ ਜਥੇਬੰਦਕ ਸਿਸਟਮ ਇਹੋ ਜਿਹਾ ਬਣੇ ਜਿਹਦੇ ਵਿੱਚ ਜਿਹੜੇ ਇਲੈਕਸ਼ਨਾਂ ਦੇ ਵਿੱਚ ਨਹੀਂ ਜਾਣਗੇ ਉਹ ਜਥੇਬੰਦਕ ਸਿਸਟਮ ਨੂੰ ਕੰਟਰੋਲ ਕਰਨਗੇ, ਉਹ ਉਹਨਾਂ ਦੇ ਹੱਥ ਸਾਰੀ ਗੇਮ ਹੋਊਗੀ। ਅਤੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਜਾਣਗੇ ਉਹ ਜਥੇਬੰਦਕ ਸਿਸਟਮ ਦੇ ਵਿੱਚ ਉਹਨਾਂ ਦਾ ਕੋਈ ਅਹੁਦਾ ਨਹੀਂ ਹੋਊਗਾ। ਇਹ ਜਿੰਨਾ ਚਿਰ ਇਹ ਚੀਜ਼ਾਂ ਸਾਰਦੇ ਨਹੀਂ ਨਾ, ਪੋਲੀਟਿਕਸ ਨੂੰ ਕੰਟਰੋਲ ਕਰਦੇ ਨਹੀਂ, ਉਹਨਾਂ ਚਿਰ ਜਿਹੜੇ ਆ ਉਹ ਉਹਨਾਂ ਸ਼ਹੀਦਾਂ ਦੇ ਸੁਪਨੇ, ਉਹ ਦੀਪ ਉਹਨਾਂ ਦੇ ਸੁਪਨੇ ਜਿਹੜੇ ਆ ਅਧੂਰੇ ਰਹਿਣਗੇ। ਅਤੇ ਜਿਹੜਾ ਕੱਲ੍ਹ ਨੂੰ ਵੀ ਆ ਉਹ ਵੀ ਇਹੋ ਹੀ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਆ ਵੀ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਦੱਸ ਦਈਏ ਵੀ ਅਸੀਂ ਵੋਟਾਂ ਵੇਚ ਕੇ ਨਹੀਂ ਪਾਉਣੀਆਂ, ਜਾਂ ਸ਼ਰਾਬਾਂ 'ਤੇ ਨਹੀਂ ਪਾਉਣੀਆਂ, ਜਾਂ ਪੈਸਿਆਂ 'ਤੇ ਨਹੀਂ ਪਾਉਣੀਆਂ, ਅਸੀਂ ਆਪਣੇ ਪੰਜਾਬ ਦੇ ਮੁੱਦਿਆਂ 'ਤੇ ਅਤੇ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਪਾਉਣੀਆਂ। ਬਹੁਤ ਬਹੁਤ ਤੁਹਾਡਾ ਧੰਨਵਾਦ। ਅਸੀਂ ਕੁਛ ਸਮਾਂ ਕੱਢ ਕੇ ਖਾਸ ਕੀਮਤੀ ਸਮੇਂ ਦੇ ਵਿੱਚੋਂ ਖਲੜਾ ਸਾਹਿਬ ਦਾ ਅਸੀਂ ਕੁਛ ਗੱਲਾਂ ਨੂੰ ਕਰਨ ਦੀ, ਕੁਛ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਆਸ ਕਰਦੇ ਹਾਂ ਕੱਲ੍ਹ ਸਵੇਰ ਨੂੰ ਜਦੋਂ ਤੁਸੀਂ ਵੋਟ ਪਾਉਣੀ ਹੈ ਉਹ ਇਹ ਮੈਸੇਜ ਅਸੀਂ ਜਿਹੜਾ ਖਲੜਾ ਸਾਹਿਬ ਦਾ ਕੋਸ਼ਿਸ਼ ਕਰਾਂਗੇ ਅੱਜ ਰਾਤ ਨੂੰ ਘਰ ਘਰ ਤੱਕ ਪੰਜਾਬ ਦੇ ਅਸੀਂ ਪਹੁੰਚਾਈਏ, ਕਿਉਂਕਿ ਇਹ 5 ਸਾਲ ਵਾਅਦਾ ਤੁਹਾਡੇ ਕੋਲ ਇਹ ਸਮਾਂ ਆਉਂਦਾ ਅਤੇ ਐਵੇਂ ਤੁਸੀਂ ਵਿਕ ਕੇ ਕਿਸੇ ਦੇ ਮਗਰ ਲੱਗ ਕੇ ਵੋਟ ਨਾ ਪਾਇਓ। ਖਲੜਾ ਸਾਹਿਬ ਟਾਈਮ ਦਾ ਮੇਰਾ ਹੋ ਗਿਆ, ਮੈਂ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਕੋਲ ਪੁੱਛ ਜਮਾਂ, ਝਾੜੂ ਵਾਲਿਆਂ ਨੂੰ ਕਿਵੇਂ ਦੇਖਦੇ ਹੋ? ਵੇਖੋ, ਜਦੋਂ ਆਪਾਂ ਇੱਕ ਪਾਰਟੀ ਦੀ ਗੱਲ ਕਰਦੇ ਹਾਂ ਨਾ, ਉਦੋਂ ਇਹ ਕਈ ਵਾਰ ਇਹ ਹੋ ਜਾਂਦਾ ਵੀ ਆਪਾਂ ਦੂਜੀਆਂ ਦੀ ਸਪੋਰਟ ਕਰ ਰਹੇ ਹਾਂ। ਸਾਰਿਆਂ ਦੀ ਗੱਲ ਕਰਦੇ ਹੋ? ਮੈਂ ਹਾਂਜੀ ਪਾਰਟੀਆਂ ਰਵਾਇਤੀ, ਤੇ ਇਹ ਆਪਾਂ ਪਹਿਲੋਂ ਹੀ ਗੱਲ ਕਰ ਚੁੱਕੇ ਹਾਂ ਵੀ ਭਾਵੇਂ ਝਾੜੂ ਵਾਲੇ ਹੋਣ, ਭਾਵੇਂ ਪੰਜੇ ਵਾਲੇ ਹੋਣ, ਅਤੇ ਭਾਵੇਂ ਉਹ ਕਮਲ ਦੇ ਫੁੱਲ ਵਾਲੇ, ਅਤੇ ਭਾਵੇਂ ਤੱਕੜੀ ਵਾਲੇ, ਇਹ ਸਾਰੇ ਹੀ ਆਪ ਦੇ ਵਿੱਚ ਰਲ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਗੇਮ ਖੇਡਣ ਡਏ ਆ। ਅੱਜ ਹੁਣ ਲੇਟੈਸਟ ਆਪਾਂ ਤਾਂ ਖੈਰ ਪਹਿਲਾਂ ਵੀ ਮੈਂ ਪ੍ਰੋਗਰਾਮ 'ਚ ਹਫ਼ਤੇ ਗੱਲ ਕਰ ਚੁੱਕਾ ਵੀ ਇਹ ਅਖੀਰ 'ਤੇ ਰਲ ਕੇ ਇੱਕ ਦੂਜੇ ਦੇ ਕੈਂਡੀਡੇਟ ਜਿਤਾਉਣਗੇ, ਪਰ ਹੁਣ ਲੇਟੈਸਟ ਖਬਰਾਂ ਵੀ ਆ ਰਹੀਆਂ ਵਾ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ BJP ਵਾਲੇ ਜਿਹੜੇ ਆ ਉਹ ਜਿੱਥੋਂ ਜਿੱਥੋਂ ਜਿਹੜੀ ਪਾਰਟੀ ਦੇ ਸਟਰੋਂਗ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਪਵਾ ਕੇ ਅਤੇ ਆਪਣੀਆਂ ਸੀਟਾਂ ਵਧਾਉਣਗੇ। ਸੋ ਇਹ ਉਹ ਜਿਹੜੇ ਝਾੜੂ ਵਾਲੇ ਆ ਉਹ ਵੀ ਉਹਨਾਂ ਦੀ ਬੀ ਟੀਮ ਆ, ਹੈ, ਕਿਉਂਕਿ ਉਹ ਸਾਰਾ ਸਿਸਟਮ ਜਿਹੜਾ ਵਾ ਉਹ ਸਾਨੂੰ, ਕਿਉਂਕਿ ਸਾਡੇ ਕੋਲ ਕੋਈ ਪੰਥਕ ਸਟੇਜ ਹੈ ਨਹੀਂ, ਸਾਡੇ ਕੋਲ ਕੋਈ ਚੋਇਸ ਹੈ ਨਹੀਂ, ਲੋਕਾਂ ਨੇ ਵੋਟਾਂ ਕਿਸੇ ਨਾ ਕਿਸੇ ਪਾਸੇ ਪਾਉਣੀਆਂ। ਉਹਨਾਂ ਨੇ ਇਹ ਸਿਸਟਮ ਰਚਿਆ ਵਾ ਵੀ ਜੇ ਇੱਕ ਧਿਰ ਬਦਨਾਮ ਹੋ ਗਈ ਤਾਂ ਦੂਜੀ ਨਵੀਂ ਵੀ ਆਪਦੀ ਖੜੀ ਕਰ ਦਿਉ। ਇਸੇ ਰੂਪ ਦੇ ਵਿੱਚ ਉਹ ਝਾੜੂ ਵਾਲੇ ਵੀ ਆਏ ਆ ਅਤੇ ਉਹਨਾਂ ਦਾ ਜਿਹੜਾ ਐਰਕੀ ਸਾਰਾ ਵਰਤਾਰਾ ਆਪਾਂ ਵੇਖ ਹੀ ਲਿਆ ਵਾ। ਪਿਛਲੀ ਵਾਰ ਉਹ ਸਿੱਖ ਹਤੈਸ਼ੀ ਸੀ, ਉਹਨਾਂ ਦੀ ਸਰਕਾਰ ਨਹੀਂ ਬਣ ਸਕੀ, ਐਰਕੀ ਉਹ ਸਿੱਖਾਂ ਦੇ ਵਿਰੋਧੀ ਆਪਣੇ ਆਪ ਨੂੰ ਸ਼ੋਅ ਕਰਕੇ ਹਿੰਦੂ ਵੋਟ ਨੂੰ ਕੈਚ ਕਰਨਾ ਚਾਹੁੰਦੇ ਆ। ਸੋ ਇਹ ਸਾਡੇ ਹੱਕ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ, ਜਿੰਨਾ ਚਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਚੀਜ਼ ਨਹੀਂ ਸਿਰਜਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਹੁਣ ਅਸੀਂ ਕੈਂਡਲਾਈਟ ਵਿਜਲ ਜਿਹੜਾ ਕਿ GNG ਸਮੈਦਿਕ, ਅਸੀਂ ਆਸ ਕਰਦੇ ਹਾਂ ਵੱਧ ਤੋਂ ਵੱਧ ਜਿਹੜੇ ਸਾਡੇ ਵੀਰ ਭੈਣਾਂ ਬਜ਼ੁਰਗ ਵੇਟ ਕਰਦੇ ਨੇ ਅਸੀਂ ਉਹਨਾਂ ਨੂੰ ਇੰਤਜ਼ਾਰ ਨਾ ਬਾਹਲਾ ਕਰਵਾਈਏ। ਅਤੇ ਖਲੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ ਵਿੱਚ ਭੁੱਲਾਂ ਚੁੱਕਾਂ ਦੀ ਮਾਫ਼ੀ ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਨੇ ਹਰੇਕ ਦੇ ਦਿਲ ਦੇ ਵਿੱਚ ਘਰ ਕਰ ਲਿਆ ਸੀ, ਚਾਹੇ ਵਿਰੋਧੀ ਵੀ ਸਨ, ਉਹਨਾਂ ਨੂੰ ਵੀ ਪਤਾ ਸੀ ਵੀ ਬੰਦਾ ਸਹੀ ਗੱਲ ਕਰ ਰਿਹਾ। ਹੁਣ ਇਹ ਜਿਹੜਾ ਵਰਤਾਰਾ ਵਰਤਿਆ ਉਸ ਦਿਨ ਐਕਸੀਡੈਂਟ ਜੋ ਦਿਖਾਇਆ ਗਿਆ, ਥਿਊਰੀ ਜਿਹੜੀ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਜਾਂ ਤੁਸੀਂ ਕੀ ਸੋਚਦੇ? ਉਹਦੀ ਸੱਟ ਤਾਂ ਸਾਡੇ ਲਈ ਅਸਹਿ ਆ। ਮੈਂ ਇਹ ਸੋਚਦਾ ਵੀ ਸਾਨੂੰ ਉਸ ਚੀਜ਼ ਦੇ ਉੱਤੇ ਜ਼ਿਆਦਾ ਐਨਰਜੀ ਵੇਸਟ ਕਰਨ ਦੀ ਬਜਾਏ ਸਾਨੂੰ ਇਹ ਸਮਝਣਾ ਚਾਹੀਦਾ ਵਾ ਵੀ ਸਿੱਖ ਸੰਗਤ ਨੇ ਜਾਂ ਪੰਜਾਬ ਦੇ ਲੋਕਾਂ ਨੇ ਕੀ ਫਤਵਾ ਦਿੱਤਾ। ਦੀਪ ਨੂੰ ਅਕਸੈਪਟ ਕਰ ਲਿਆ ਵੀ ਉਹ ਸਿੱਖ ਕੌਮ ਦਾ ਹੀਰਾ ਹੈਗਾ ਅਤੇ ਉਹ ਸਾਡੇ ਤੋਂ ਖੋਇਆ ਗਿਆ ਵਾ, ਅਤੇ ਫਿਰ ਇਨਕੁਆਇਰੀਆਂ ਦੇ ਵਿੱਚ ਜਿਹੜਾ ਜਾਣ ਦੀ ਬਜਾਏ ਅਸੀਂ ਉਹ ਜਿਹੜੀ ਦੀਪ ਦੀ ਸੋਚ ਵਾ
ਉਹਦੇ ਵੱਲੇ ਜ਼ਿਆਦਾ ਕੰਸਨਟ੍ਰੇਟ ਜਿਹੜਾ ਵਾ ਉਹ ਸਾਨੂੰ ਕਰਨਾ ਚਾਹੀਦਾ ਵਾ। ਜਿੱਦਾਂ ਦੀਪ ਸਾਰੀਆਂ ਜਥੇਬੰਦੀਆਂ ਤੋਂ ਉੱਚਾ ਉੱਠ ਕੇ ਇੱਕ ਪੰਥ ਨੂੰ ਇਕੱਠਾ ਕਰਨ ਵੱਲੇ ਤੁਰਿਆ ਸੀ, ਭਾਵੇਂ ਉਹਨੂੰ ਕਿਸੇ ਨੇ ਕਿੰਨੀਆਂ ਵੀ ਗਾਲਾਂ ਕੱਢੀਆਂ, ਕਿੰਨਾ ਵੀ ਮਾੜਾ ਗਿਆ, ਉਹਨੇ ਕਿਹਾ ਮੈਂ ਸਾਰੇ ਗੁੱਸੇ ਗਿਰਦੇ ਭੁਲਾ ਤੇ, ਮੈਂ ਸਾਰਿਆਂ ਨੂੰ ਇਕੱਠਾ ਕਰਨਾ। ਅਸਲ ਲੀਡਰ ਦੀ ਨਿਸ਼ਾਨੀ ਇਹ ਹੁੰਦੀ ਆ, ਇਕੱਲਾ ਇਹ ਨਹੀਂ ਵੀ ਉਹ ਨਾਅਰੇ ਲਾਇਆ ਵੀ ਹੈ ਉਹ ਅਸੀਂ ਤੇਰੀ ਸੋਚ 'ਤੇ ਪਹਿਰਾ ਰਵਾਂਗੇ, ਉਹ ਜਿਹੜਾ ਕਾਰਜ ਤੁਹਾਨੂੰ ਦੇ ਗਿਆ ਵਾ ਉਹਨੂੰ ਗਾਂ ਕਿੱਦਾਂ ਤੋਰਨਾ, ਉਹਨੂੰ ਗਾਂ ਤਾਂ ਹੀ ਤੋਰਾਂਗੇ ਜੇ ਜੋਸ਼ ਦੇ ਨਾਲ ਹੋਸ਼ ਨੂੰ ਵੀ ਕਾਇਮ ਰੱਖਾਂਗੇ। ਜੇ ਕਿਸੇ ਨੇ ਪਿਛਲੇ ਸਮੇਂ 'ਚ ਦੀਪ ਦੇ ਜਿਉਂਦਿਆਂ ਗਲਤੀਆਂ ਕਰ ਵੀ ਲਈਆਂ, ਉਹ ਅੱਜ ਸਾਡੇ ਨਾਲ ਆਉਂਦਾ ਅਤੇ ਉਹਨੂੰ ਵੀ ਨਾਲ ਲਿਆਉਣਾ ਜਿਹੜਾ ਉਹ ਸਾਡਾ ਫਰਜ਼ ਹੈ। ਇਹੋ ਹੀ ਦੀਪ ਨੂੰ ਅਸਲੀ ਸ਼ਰਧਾਂਜਲੀ ਹੋਊ। ਜਿਹੜਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਡੱਟ ਕੇ ਜਿਹੜਾ ਸਟੈਂਡ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਉਹਨਾਂ ਦਾ ਪੰਜਾਬ ਦੇ ਵਿੱਚ ਦਿੱਤਾ, ਜੇ ਤਾਂ ਉਹ ਵੋਟਾਂ 'ਚ ਕਿਸੇ ਦੀ ਹਮਾਇਤ ਨਾ ਕਰਦਾ ਤਾਂ ਸ਼ਾਇਦ ਦੀਪ ਸਾਡੇ 'ਚ ਅੱਜ ਹੁੰਦਾ। ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿਉਂਕਿ ਵੀ ਜਿਹੜੀ ਉਹ ਝਾੜੂ ਵਾਲੀ ਅਤੇ ਸ਼੍ਰੀ ਸਾਹਿਬ ਵਾਲੀ ਜਿਹੜੀ ਉਹ ਸ਼ਸਤਰ ਦੀ ਸ਼ਮੀਰ ਉਹਨੇ ਸ਼ਮਸ਼ੀਰ ਹੱਥ 'ਚ ਫੜ ਕੇ ਜਦੋਂ ਉਹ ਸਟੇਜ 'ਤੇ ਜਿਹੜੇ ਬੋਲ ਉਹਨੇ ਕਹੇ ਨੇ ਉਹ ਅੱਜ ਵੀ ਕੰਨਾਂ ਦੇ ਵਿੱਚ ਗੂੰਜਦੇ ਨੇ। ਲੋ ਆਹ ਤੁਸੀਂ ਮੈਨੂੰ ਆਪਦੇ ਦਿਲ ਤੋਂ ਪੁੱਛ ਲਓ, ਮੈਨੂੰ ਜਵਾਬ ਦੇਣ ਦੀ ਲੋੜ ਵੀ ਨਹੀਂ ਆ ਵੀ ਕਿਹੜੀ ਚੀਜ਼ ਸਾਡੀ ਆ। ਇਹ ਜਿਹੜੇ ਪੋਲੀਟੀਕਲ ਪਾਰਟੀਆਂ ਵਾ ਇਹਨਾਂ ਦੀ ਇਹਨਾਂ ਦੇ ਲਈ ਸਿੱਖ ਵੋਟ ਦੀ ਕੋਈ ਵੈਲਿਊ ਨਹੀਂ ਰਹਿ ਗਈ, ਕਿਉਂਕਿ ਸਿੱਖ ਵੋਟ ਦਾ ਆਪ ਦਾ ਕੋਈ ਜਿਹੜਾ ਪੰਥਕ ਬੇਸ ਨਹੀਂ ਰਿਹਾ ਜਦੋਂ ਦਾ ਅਕਾਲੀ ਦਲ ਜਿਹੜਾ ਵਾ ਪੰਥਕ ਮੁੱਦਿਆਂ ਤੋਂ ਪਾਸੇ ਹਟ ਗਿਆ। ਦੀਪ ਦੀ ਇਹ ਇੱਛਾ ਸੀ ਵੀ ਮੈਂ ਸਿੱਖ ਵੋਟ ਦੀ ਤਾਕਤ ਜਿਹੜੀ ਆ ਉਹ ਵਿਖਾਉਣੀ ਆ, ਅਤੇ ਉਹ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਕਿਉਂ ਨਾ ਅਸੀਂ ਸਿੱਖ ਕੌਮ ਦੀ ਜਿਹੜੀ ਵੋਟ ਵਾ ਉਹ ਉਹਨੂੰ ਉੱਥੇ ਇਕੱਠੀ ਕਰਕੇ ਵਿਖਾਈਏ। ਅਤੇ ਐਰਕੀ ਇਹ ਆ ਵੀ ਜੇ ਮਾਨ ਸਾਹਿਬ ਉੱਥੋਂ ਜਿੱਤ ਜਾਂਦੇ ਆ ਅਤੇ ਉਹੋ ਹੀ ਬਾਕੀ ਦੇ ਕੈਂਡੀਡੇਟਾਂ ਦੀ ਗਿਣਤੀ ਲਿਜਾ ਕੇ ਕੋਈ 5-10 ਲੱਖ ਦੇ ਲਾਗੇ ਪਹੁੰਚ ਜਾਂਦੀ ਆ, ਅਤੇ ਇਹ ਇੱਕ ਦੀਪ ਦਾ ਜਿਹੜਾ ਵਾ ਉਹ ਸੋਚ ਦਾ ਨਤੀਜਾ ਵਾ, ਉਹ ਫਤਵਾ ਵਾ ਵੀ ਭਾਈ ਸਿੱਖ ਕੌਮ ਆਪਦੀ ਵੋਟ ਇਕੱਠੀ ਕਰਕੇ ਤੁਹਾਨੂੰ ਸਬਕ ਸਿਖਾ ਸਕਦੀ ਆ। ਖਰੜਾ ਸਾਹਿਬ, ਤੁਹਾਨੂੰ ਲੱਗਦਾ ਵੀ ਹੁਣ ਦੀਪ ਤੋਂ ਬਾਅਦ ਕਿਹੜਾ ਚਿਹਰਾ ਤੁਸੀਂ ਦੇਖਦੇ? ਇੱਕ ਨੌਜਵਾਨੀ ਦੀ ਤਾਂ ਜ਼ਰੂਰਤ ਹੈ ਕਿ ਇਹ ਬਹਿਣ ਜਿੱਦਾਂ ਹੁਣ ਬਹਿਣ ਬਹਿ ਤੁਰਿਆ ਜੇ ਇਸ ਪਾਸੇ ਨੂੰ ਤੁਰਿਆ, ਅਤੇ ਇਸ ਟਾਈਮ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ, ਕਿਹਨੂੰ ਦੇਖਦੇ ਹੋ ਤੁਸੀਂ ਵੀ ਜਿਹੜਾ ਇਸ ਟਾਈਮ ਗਾਈਡ ਕਰ ਸਕਦਾ? ਮੈਨੂੰ ਪਤਾ ਦੀਪ ਵਾਲੀ ਗੱਲ ਤਾਂ ਨਹੀਂ ਬਣਦੀ, ਕਿਉਂਕਿ ਜੇ ਜਿਹੜੀ ਗੱਲ ਉਹਦੇ ਕੋਲ ਸੀ ਸ਼ਾਇਦ ਕੋਈ ਕਿਸੇ ਨੂੰ ਦੇਖਦੇ ਹੋ? ਕਿਸੇ ਦੇ ਉੱਤੇ ਉਂਗਲ ਨਹੀਂ ਰੱਖ ਸਕਦੇ ਹੁੰਦੇ ਇਹਨਾਂ ਲਹਿਰਾਂ ਦੇ ਵਿੱਚ, ਨਾ ਹੀ ਜਿਹੜੇ ਲੀਡਰ ਵਾ ਉਹ ਬਣਾਇਆ ਬਣਦੇ ਹੁੰਦੇ ਆ, ਇਹ ਲਹਿਰਾਂ ਦੇ ਵਿੱਚੋਂ ਨਿਕਲਦੇ ਹੁੰਦੇ ਆ। ਇਹ ਦੀਪ ਨਿਕਲਿਆ, ਇਹ ਜਿੱਦਾਂ ਦੀਪ ਨਿਕਲਿਆ, ਹੁਣ ਦੀਪ ਨੂੰ ਕਿਸੇ ਨੇ ਬਣਾਇਆ ਨਹੀਂ, ਕਿ ਇੱਦਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਵਾ ਉਹ ਕਿਤੇ 10-20 ਸਾਲੀ ਕੋਈ ਨਿਕਲਦੀ ਹੁੰਦੀ ਆ। ਜੇ ਦੀਪ ਸਿੱਧੂ ਨੂੰ ਆਈਡੀਅਲ ਮੰਨਦੇ ਵੀ ਨੇ ਐਂਡ ਕਿਸੇ ਹੱਦ ਤੱਕ ਉਹਨਾਂ ਦਾ ਇਜਾਜ਼ ਵੀ ਆ, ਪਰ ਪੰਜਾਬ ਦੀ ਨੌਜਵਾਨੀ ਨੂੰ ਕੀ ਕਰਨਾ? ਅੱਜ ਜ਼ਮਾਨਾ ਜਿਹੜਾ ਵਾ ਫਿਜ਼ੀਕਲੀ ਲੜਾਈ ਤੋਂ ਦਿਮਾਗੀ ਲੜਾਈ ਦਾ ਵਾ, ਅਤੇ ਉਹਦੇ ਵਿੱਚ ਦਿਮਾਗੀ ਲੜਾਈ ਦੇ ਵਿੱਚ ਜਿੱਥੇ ਜੋਸ਼ ਸਾਡਾ ਹੋਣਾ ਜ਼ਰੂਰੀ ਆ ਉੱਥੇ ਹੋਸ਼ ਹੋਣੀ ਬਹੁਤ ਜ਼ਰੂਰੀ ਆ। ਤੁਸੀਂ ਦੀਪ ਨੂੰ ਵੇਖੋ ਵੀ ਉਹਦੇ ਵਿੱਚ ਇਹ ਕੁਦਰਤੀ ਸਾਰੀਆਂ ਗੱਲਾਂ ਸੀ। ਕਿਹੜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਸਵੇਰ ਨੂੰ ਵੋਟ ਪਾਉਣੀ ਹੈ, ਤੁਸੀਂ ਕਿਹੜੀ ਚੀਜ਼ ਦਾ ਖਿਆਲ ਰੱਖਿਆ ਜਾਵੇ ਲਾਸਟ ਵਾਰ? ਵੀ ਇਸ ਸਮੇਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਵਾ ਸਾਡੇ ਲਈ ਸਾਰੀਆਂ ਇੱਕੋ ਜਿਹੀਆਂ ਹੀ ਆ, ਹੈ ਨਾ? ਉਹ ਕੋਈ ਵੀ ਜਿਹੜਾ ਵਾ ਪੰਜਾਬ ਦੇ ਹਿੱਤਾਂ ਦੇ ਲਈ ਨਹੀਂ, ਅਤੇ ਉਹਨਾਂ ਨੂੰ ਸਾਨੂੰ ਵਿਖਾਉਣਾ ਪਊ ਜੋ ਦੀਪ ਕਹਿ ਗਿਆ ਹੈ। ਅਤੇ ਜੇ ਦੀਪ ਆਪਣੇ ਕਹਿ ਗਿਆ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾਉਣੀ ਆ, ਅਤੇ ਕੱਲ੍ਹ ਵੀ ਅਸੀਂ ਉਸੇ ਚੀਜ਼ ਦੇ ਉੱਤੇ ਪਹਿਰਾ ਦੇ ਕੇ ਜਿੰਨੀ ਵੱਧ ਰੇਸ਼ੋ ਅਸੀਂ ਉਸ ਪਾਰਟੀ ਦੇ ਵਿੱਚ ਵੋਟ ਦੀ ਵਧਾਵਾਂਗੇ, ਉਨਾ ਹੀ ਜਿਹੜਾ ਸਾਡਾ ਸਿਆਸੀ ਪ੍ਰਭਾਵ ਇਹਨਾਂ ਪਾਰਟੀਆਂ ਦੇ ਉੱਤੇ ਜ਼ਿਆਦਾ ਵਧੂਗਾ। ਭਾਵੇਂ ਝਾੜੂ ਵਾਲੇ ਹੋਣ, ਭਾਵੇਂ ਪੰਜੇ ਵਾਲੇ ਹੋਣ, ਅਤੇ ਭਾਵੇਂ ਉਹ ਕਮਲ ਦੇ ਫੁੱਲ ਵਾਲੇ, ਅਤੇ ਭਾਵੇਂ ਤੱਕੜੀ ਵਾਲੇ, ਇਹ ਸਾਰੇ ਹੀ ਆਪ ਦੇ ਵਿੱਚ ਰਲ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਗੇਮ ਖੇਡਣ ਡਏ ਆ, ਕਿਉਂਕਿ ਸਾਡੇ ਕੋਲ ਕੋਈ ਪੰਥਕ ਸਟੇਜ ਹੈ ਨਹੀਂ, ਸਾਡੇ ਕੋਲ ਕੋਈ ਚੋਇਸ ਹੈ ਨਹੀਂ, ਲੋਕਾਂ ਨੇ ਵੋਟਾਂ ਕਿਸੇ ਨਾ ਕਿਸੇ ਪਾਸੇ ਪਾਉਣੀਆਂ। ਉਹਨਾਂ ਨੇ ਇਹ ਸਿਸਟਮ ਰਚਿਆ ਵਾ ਵੀ ਜੇ ਇੱਕ ਧਿਰ ਬਦਨਾਮ ਹੋ ਗਈ ਤਾਂ ਦੂਜੀ ਨਵੀਂ ਵੀ ਆਪਦੀ ਖੜੀ ਕਰ ਦਿਉ। ਇਸੇ ਰੂਪ ਦੇ ਵਿੱਚ ਝਾੜੂ ਵਾਲੇ ਵੀ ਆਏ ਆ।